दीप मथारू व्याह हो गया कि नवी नौ आई है घर दे विच किद्दां दे शगन विहार हो रहे ने की चल रहा घर दे विच। सब पहले मैनू ए दसो दोनों चो सब तो ज्यादा खुशी किनू आ? दोनों नू ही आ। हाँ जी सब तो ज्यादा तो मैनू खुशी आ। हाँ जी क्योंकि काम बंडिया गया। कल दी गल है मैं कहा मेरे वीर ने जाना सवेरे 6 बजे ए जी पौने 6 बजे उठ के दौड़ी भजी फिरे वेहड़े च। इन्ना कि चा चढ़िया इन्हें फटाफट आलू वाले परौंठे खवाए कोई गल नहीं करने वाली मैं भी बैठा मसंत आज दी जमा भी अज काम बजा नज़ारे बजे तो वह नज़ारे धी ने ऐ मैं क्या बागो बाग कर छड़िया कोई गल नहीं करने वाली तो सगन विहार जोड़े किए ही ना उन्हों का मुल इन्हें पाता अज एक दिन सारे कसर कर दी। अच्छा जदों दीप कहते हैं कि मैं बहुत भोला बनया सीगा है ना हुण मैनूं इह दसो भी इह भोले निकले नहीं इदां क्यों लगदा? वैसे ही थोड़े हैगे आ नहीं च। सब तो ज़्यादा स्वाद खाना किनूं लगा तुसीं दसो? मैनूं तो बहुत स्वाद लगा मैं अगे 2 फुलके खाना है कल फिर चार खाधे ਤੇ ਪ੍ਰਸਾਦ ਵੀ ਮੈਂ ਵੈਸੇ ਤਾਂ ਹਿਸਾਬ ਦਾ ਖਾਂਦਾ ਪਰ ਕੱਲ੍ਹ ਮੈਂ ਜ਼ਿਆਦਾ ਹੀ ਖਾ ਗਿਆ। ਹਾਂਜੀ ਹੁਣ ਆਸਾਰ ਹੈ ਕਿ ਬਾਪੂ ਜੀ ਮੋਟੇ ਹੋ ਜਾਣਗੇ ਲੱਗਦਾ ਹੀ ਆ ਇਹ ਤਾਂ ਜੇ ਹਿਸਾਬ ਨਾਲ ਖਾਣਾ ਆ ਰਿਹਾ। ਅੱਜ ਵੀ ਨਾ ਕਹਿਣ ਡਈ ਮੰਮਾ ਮੈਂ ਨਾ ਅੱਜ ਪਾਲਕ ਪਨੀਰ ਬਣਾਉਣਾ ਉਹ ਮੇਰਾ ਇੰਨਾ ਕੁ ਫੇਵਰੇਟ ਕੋਈ ਗੱਲ ਨਹੀਂ ਕਰਨ ਵਾਲੀ ਤੇ ਮੈਂ ਤਾਂ ਹੁਣੇ ਜਿੱਦਾਂ ਫੀਲਿੰਗ ਜੀ ਲੈਣ ਡਿਆ ਵੀ ਮੂੰਹ 'ਚ ਪਾਣੀ ਆ ਗਿਆ ਵੀ ਮੈਂ ਚਮਚਾ ਮੂੰਹ 'ਚ ਹੀ ਘਰ ਗਿਆ ਵੇ। ਮੇਰਾ ਬੇਟਾ ਕਹਿੰਦਾ ਵੀ ਡੈਡੀ ਹੋਰ ਗੱਲਾਂ ਸਭ ਠੀਕ ਆ ਤੇਰਾ ਪੇਟ ਬੜਾ ਫੁੱਲਿਆ। ਹੁਣ ਮੈਨੂੰ ਲੱਗਦਾ ਉਹ ਪਹਿਲੇ ਨਾ ਵੀ ਜ਼ਿਆਦਾ ਇਹਨੇ ਹੋਰ ਖੇਡਿਆ ਖਰਾਬ ਕਰ ਦੇਣੀ ਲੱਗਦੀ ਪਰ ਹੁਣ ਮੈਨੂੰ ਸੋਚਣਾ ਪਊ 4 ਦਿਨ ਤਾਂ ਹੁਣ ਖਾ ਲਈਏ ਮੁੜ ਕੇ ਇਹ ਨਾ ਹੋਵੇ ਨੌਂ ਰਾਣੀ ਆਖੇ ਵੀ ਡੈਡੀ ਤੇਰੇ ਲਈ ਦੋ ਹੀ ਲਾਈਆਂ ਸੀ ਵੱਧ ਨਹੀਂ। ਅੰਕਲ ਜੀ ਹੁਣ ਫਿਰ ਵਿਆਹ ਕਰਕੇ ਥੋੜ੍ਹੇ ਬਿਜ਼ੀ ਹੋ ਹੁਣ ਵੀਡੀਓ ਕਦੋਂ ਬਣਾਉਣੀਆਂ ਸ਼ੁਰੂ ਕਰਨੀਆਂ ਦੁਬਾਰਾ ਤੋਂ? ਹੁਣ ਤਾਂ ਜਦੋਂ ਪੱਕੀਆਂ ਪਕਾਈਆਂ ਖਾਣ ਨੂੰ ਮਿਲਦੀਆਂ ਹੁਣ ਵੀਡੀਓ ਬਣਾਉਣੀ ਸ਼ੁਰੂ ਕਰ ਦੇਣੀਆਂ ਕਿ ਅਜੇ ਮਨ ਵਿੱਚ ਵੀ ਥੋੜ੍ਹੀ ਬੂੰਦੀ ਮਠਿਆਈ ਵਧੀਆ ਜਿਹਨੂੰ ਨਹੀਂ ਮਿਲੀ ਜਾ ਕੇ ਘਰ ਬਚਾਈਏ ਨਾਲੇ ਸ਼ਗਨ ਲੈ ਆਈਏ ਇਹ ਕਾਰ ਵਿਹਾਰ ਕਰਨ ਜਾਣਾ ਹੀ ਅੱਜ ਕੋਈ ਨਹੀਂ 10 ਮਿੰਟ ਬਾਅਦ 'ਚ ਚੱਲ ਜਾਵਾਂਗੇ ਅਤੇ ਮਗਰੋਂ ਵੀਡੀਓ ਬਣਾਉਣੀ ਹੋਰ ਕੀ ਕਰਨਾ ਹੁਣ ਤਾਂ ਕੋਈ ਗੱਲ ਨਹੀਂ ਕਰਨ ਵਾਲੀ। ਤਾਂ ਤੁਸੀਂ ਤੁਹਾਡੀ ਵੀਡੀਓਜ਼ ਦੇਖ ਕੇ ਇੱਦਾਂ ਲੱਗਦਾ ਕਿ ਤੁਹਾਡੀ ਲਵ ਮੈਰਿਜ ਆ ਲਵ ਹੈ ਕਿ ਅਰੇਂਜ ਆ? ਮੈਨੂੰ ਤਾਂ ਇਹ ਵੀ ਨਹੀਂ ਪਤਾ ਲਵ ਕੀ ਹੁੰਦਾ ਅਤੇ ਅਰੇਂਜ ਕੀ ਹੁੰਦਾ। ਉੱਦਾਂ ਇਹ ਆ ਵੀ ਪਹਿਲੀ ਵਾਰੀ ਮੈਂ ਵੇਖਣ ਗਿਆ ਸੀ ਅਤੇ ਇਹਨਾਂ ਦੇ ਪਿਤਾ ਜੀ ਸਾਡੇ ਇੱਧਰ ਡੱਲਾ ਪਿੰਡ ਆ ਕਾਦੀਆਂ ਵਾਲੇ ਰਸਤੇ 'ਤੇ ਨਹਿਰ ਆ ਅਤੇ ਉੱਥੇ ਗਏ ਅਤੇ ਲੇਟ ਹੋ ਗਏ ਅਤੇ ਪਾਪਾ ਜੀ ਕਹਿੰਦੇ ਵੀ ਭਾਈਆ ਜੀ ਲੇਟ ਹੋ ਗਏ ਅਤੇ ਇਹਨਾਂ ਦੇ ਡੈਡੀ ਕਹਿੰਦੇ ਵੀ ਭਾਈਆ ਜੀ ਗਲਤੀ ਹੋ ਗਈ। ਜਦੋਂ ਹੱਥ ਜੋੜ ਕੇ ਇੱਦਾਂ ਕਿਹਾ ਤਾਂ ਮੇਰੇ ਮਨ ਵਿੱਚ ਆਈ ਵੀ ਭਾਵੇਂ ਕਾਲੀ ਅਤੇ ਭਾਵੇਂ ਗੋਰੀ ਅਤੇ ਭਾਵੇਂ ਉੱਚੀ ਅਤੇ ਭਾਵੇਂ ਨੀਵੀਂ ਭਾਵੇਂ ਮੋਟੀ ਅਤੇ ਭਾਵੇਂ ਪਤਲੀ ਮੈਂ ਕੁਛ ਨਹੀਂ ਸੋਚਣਾ ਮੈਂ ਹਾਂ ਹੀ ਕਰਨੀ ਦੂਰੋਂ ਦੂਰੋਂ ਮੈਂ ਵੀ ਵੇਖਣਾ ਇੰਨਾ ਵੇਖਣਾ ਹੱਸ ਕੇ ਸ਼ਰਮਿੰਦੇ ਹੋ ਗਏ ਸ਼ਰਮਿੰਦੇ ਹੋ ਇੱਕ ਦੂਜੇ ਨੇ ਇੱਧਰ ਉੱਧਰ ਮੂੰਹ ਭਰਨ ਕਰਕੇ ਅਤੇ ਦਿਲ ਵੀ ਕਰਨਾ ਵੀ ਗੱਲ ਕਰੀ ਗੱਲ ਕਿੱਥੋਂ ਕਰਨੀ ਉਦੋਂ ਤਾਂ ਇੰਨਾ ਹੀ ਬੜਾ ਹੁੰਦਾ ਸੀ ਉਹ ਲੂਈ ਕੰਢੇ ਖੜੇ ਹੋ ਜਾਣੇ ਅਤੇ ਐਂ ਕੋਈ ਗੱਲ ਨਹੀਂ ਕਰਨ ਵਾਲੀ ਪਸੀਨਾ ਵੀ ਕਈ ਵਾਰੀ ਆ ਜਾਣਾ ਦਿਲ ਤੱਕ 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 ਵੱਜਣਾ ਵੀ ਹੈ ਮਿਲ ਪਏ ਆ ਸਾਹਮਣੇ ਇੱਦਾਂ ਅਤੇ ਮੇਰੇ ਮਨ ਦੀ ਆਪਣੀ ਇਹਨਾਂ ਦੇ ਕੀ ਫੀਲਿੰਗ ਸੀ ਇਹਨਾਂ ਨੂੰ ਪਤਾ ਲੇਕਿਨ ਬੜਾ ਮਨ 'ਚ ਖੁਸ਼ੀ ਵੀ ਹੋਣੀ ਵੀ ਉਹ ਮੇਰੀ ਘਰ ਦੀ ਮੁੰਡੇ 2-3 ਹੋਣੇ ਅਤੇ ਆਖਣਾ ਉਹ ਮੇਰੀ ਘਰ ਦੀ ਉਹ ਹਰਿਆ ਝੂਠ ਪਾਇਆ ਹੀ ਉਹ ਫਲਾਣਾ ਪਾਇਆ ਹੀ ਇੱਦਾਂ ਕਹਿਣਾ। ਅਤੇ ਕਿਵੇਂ ਦਾ ਲੱਗਦਾ ਸੀਗਾ ਵੀਡੀਓਜ਼ ਬਣਾਉਣ ਲੱਗੇ ਤੁਸੀਂ ਕਦੀ ਨਾ ਕੀਤਾ ਸੀਗਾ ਕਿ ਨਾ ਯਾਰ ਕੀ ਕੰਮ ਕਰਵਾਈ ਜਾਂਦਾ? ਅੰਕਲ ਜੀ ਸਤਿ ਸ਼੍ਰੀ ਅਕਾਲ ਕਿਸੇ ਨੇ ਵੀਰ ਨੇ ਕਈਆਂ ਧੀਆਂ ਭੈਣਾਂ ਨੇ ਬੱਚਿਆਂ ਨੇ ਫੋਟੋਆਂ ਖਿਚਾਉਣੀਆਂ ਉਦੋਂ ਮਨ ਨੂੰ ਖੁਸ਼ੀ ਵੀ ਹੋਈ ਪਰ ਸ਼ਰਮਿੰਦਗੀ ਵੀ ਹੁੰਦੀ ਸੀ ਵੀ ਲੋਕ ਬੁੱਢਿਆਰੇ ਕੀ ਕਹਿਣਗੇ। ਤੁਹਾਨੂੰ ਅੰਕਲ ਆਂਟੀ ਦੀ ਵੀਡੀਓਜ਼ ਦੇਖ ਕੇ ਕਿੱਦਾਂ ਲੱਗਦਾ ਸੀ? ਮੈਨੂੰ ਬਹੁਤ ਵਧੀਆ ਮੈਂ ਫੈਨ ਸੀਗੀ ਇਹਨਾਂ ਦੀ। ਤੁਸੀਂ ਸੋਚਿਆ ਸੀਗਾ ਕਿ ਇਸ ਪਰਿਵਾਰ 'ਚ ਜਾਊਂਗੀ ਨੌਂਹ ਬਣ ਕੇ? ਨਾ ਨਾ ਇਹ ਨਹੀਂ ਸੀ ਸੋਚਿਆ। ਆਂਟੀ ਅੰਕਲ ਨੂੰ ਤੁਸੀਂ ਦੇਖਿਆ ਹੋਊਗਾ ਦੀਪ ਮਥਾਰੂ ਵਿਆਹ ਹੋ ਗਿਆ ਬਹੁਤ ਸਾਰੀਆਂ ਵੀਡੀਓਜ਼ ਹੁਣ ਇਹਨਾਂ ਦੀਆਂ ਫੇਮ ਦੇ ਵਿੱਚ ਆ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅੱਜ ਅਸੀਂ ਇਹਨਾਂ ਦੇ ਕੋਲ ਪਹੁੰਚਿਆ ਨਾਲੇ ਇਹਨਾਂ ਨੂੰ ਵਧਾਈ ਦੇਵਾਂਗੇ ਅਤੇ ਨਾਲੇ ਇਹਨਾਂ ਤੋਂ ਗੱਲਬਾਤ ਪੁੱਛਦੇ ਹਾਂ ਕਿ ਨਵੀਂ ਨੌਂਹ ਆਈ ਆ ਘਰ ਦੇ ਵਿੱਚ ਕਿੱਦਾਂ ਦੇ ਸ਼ਗਨ ਵਿਹਾਰ ਹੋ ਰਹੇ ਨੇ ਕੀ ਚੱਲ ਰਿਹਾ ਘਰ ਦੇ ਵਿੱਚ। ਸਭ ਤੋਂ ਪਹਿਲਾਂ ਬੇਬੇ ਬਾਪੂ ਨਾਲ ਗੱਲ ਕਰਦੇ ਹਾਂ। ਮਾਤਾ ਜੀ ਅੰਕਲ ਜੀ ਬਹੁਤ ਬਹੁਤ ਵਧਾਈ ਤੁਹਾਨੂੰ ਘਰ ਦੇ ਵਿੱਚ ਖੁਸ਼ੀਆਂ ਆਈਆਂ। ਵਧਾਈਆਂ ਜੀ। ਹਾਂਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ ਵੀਰੇ ਤੁਹਾਨੂੰ ਵੀ ਤੁਹਾਨੂੰ ਬਹੁਤ ਵਾਰ ਤੁਸੀਂ ਮੇਰੇ ਕੋਲ ਪਹੁੰਚੇ ਜੇ
ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਅੱਛਾ ਪਹਿਲਾਂ ਮੈਨੂੰ ਇਹ ਦੱਸੋ ਦੋਨਾਂ 'ਚੋਂ ਸਭ ਤੋਂ ਜ਼ਿਆਦਾ ਖੁਸ਼ੀ ਕਿਹਨੂੰ ਆ? ਦੋਨਾਂ ਨੂੰ ਹੀ ਆ। ਹਾਂਜੀ ਜ਼ਿਆਦਾ ਕਿੱਧਰ ਆ? ਨਹੀਂ ਜ਼ਿਆਦਾ ਸਗੋਂ ਇਹਨਾਂ ਨੂੰ ਹੋਣੀ, ਕਿਉਂਕਿ ਇੱਕ ਮੈਂ ਇਹ ਨਹੀਂ ਕਹਿੰਦਾ ਮੈਂ ਸਟਾਰ ਹਾਂ ਕੋਈ, ਚਲੋ ਹਾਂ ਵੀ ਮੇਰਾ ਨਾਮ ਆ, ਚਲੋ ਥੋੜ੍ਹਾ ਬਹੁਤਾ ਇੰਨਾ ਜਿਹੜੀ ਪਬਲਿਕ ਦੇਖਦੀ ਇਹਨਾਂ ਦੇ ਕਰਕੇ ਮੇਰਾ ਨਾਮ ਆ, ਪਰ ਇਹਨਾਂ ਨੂੰ ਥੋੜ੍ਹੀ ਜ਼ਿਆਦਾ ਖੁਸ਼ੀ ਹੋਣੀ ਚਾਹੀਦੀ ਹੈ, ਮੈਨੂੰ ਤਾਂ ਹੈ ਹੀ ਹੈ ਆ। ਨੌ ਦੀ ਕਿੰਨੀ ਖੁਸ਼ੀ ਆ ਘਰ ਆਉਣ ਦੀ? ਸਭ ਤੋਂ ਜ਼ਿਆਦਾ ਤਾਂ ਮੈਨੂੰ ਖੁਸ਼ੀ ਆ। ਹਾਂਜੀ, ਕਿਉਂਕਿ ਕੰਮ ਵੰਡਿਆ ਗਿਆ, ਕਿਉਂ ਵੀ ਮੈਨੂੰ ਪੱਕੀ ਪਕਾਈ ਰੋਟੀ ਮਿਲੇਗੀ। ਹਾਂਜੀ, ਮੇਰੀ ਧੀ ਰਾਣੀ ਆਈ ਆ, ਚਲੋ ਇਹ ਨਹੀਂ ਵੀ ਰੋਟੀ ਮੈਂ ਦੁੱਖ ਸੁੱਖ ਦੀ ਵੀ ਇਹਦੀ ਭਾਈ ਵੱਲ ਬਣੂੰਗੀ, ਇਹ ਨਹੀਂ ਵੀ ਮੈਂ ਆਪਣੀ ਨੋ ਜਿੱਦਾਂ ਦੀ ਮੇਰੀ ਕਿਰਨ ਉੱਦਾਂ ਦੀ ਇਹ ਆ ਵੀ ਜੇ ਦੁਖੀ ਹੋਊਗੀ ਤਾਂ ਮੈਂ ਤਾਂ ਵੀ ਰਸੋਈ 'ਚ ਵੜ ਸਕਦੀ। ਨਹੀਂ ਨਹੀਂ, ਇਹ ਗੱਲ ਨਹੀਂ ਹੈਗੀ, ਇਹ ਤਾਂ ਅੱਗੇ ਵੀ ਕੰਮ ਕਰੀਦਾ, ਤਾਂ ਹੁਣ ਇਹ ਤਾਂ ਇੱਕ ਨਾਂ ਹੁੰਦਾ ਵੀ ਚਲੋ ਨੋ ਆਊਗੀ ਕਰੂਗੀ ਕੰਮ, ਹਾਂ ਕਿਉਂ ਵੀ ਅੱਗੇ ਵੀ ਕਰੀਦਾ, ਹੁਣ ਵੀ ਨਾਲ ਜ਼ਰੂਰ ਕਰਾਂਗੇ ਕੰਮ, ਇਕੱਲੀ ਨੂੰ ਥੋੜ੍ਹਾ ਡਰ ਸੱਟਣਾ ਵਾ। ਅੱਛਾ ਅੰਕਲ ਜੀ, ਆਪਾਂ ਪਹਿਲਾਂ ਵੀ ਗੱਲਾਂ ਕਰਦੇ ਸੀਗੇ, ਬਹੁਤ ਸੋਹਣੀਆਂ ਤੁਹਾਡੇ ਖਿਆਲਾਤ ਸੀਗੇ, ਹੁਣ ਮੈਨੂੰ ਇਹ ਦੱਸੋ ਘਰ ਨੋ ਆਈ ਆ ਕਿ ਧੀ ਆਈ ਆ? ਇਹ ਮੇਰੀ ਨੌਂ ਨਹੀਂ, ਮੇਰੀ ਧੀ ਆਈ ਆ, ਅਤੇ ਮੈਨੂੰ ਚਾਅ ਇੰਨਾ ਕਿ ਮੈਂ ਜੇ ਕੱਲ੍ਹ ਦੀ ਗੱਲ ਹੀ ਆ, ਮੈਂ ਕਿਹਾ ਮੇਰੇ ਵੀਰ ਨੇ ਜਾਣਾ ਸਵੇਰੇ 6 ਵਜੇ, ਅਤੇ ਇਹ ਜੀ 6:45 ਉੱਠ ਕੇ ਦੌੜੀ ਭੱਜੀ ਫਿਰੇ ਵਿਹੜੇ 'ਚ, ਹੈਂ, ਅਤੇ ਇੰਨਾ ਕਿ ਚਾਅ ਚੜਿਆ, ਇੰਨੇ ਫਟਾਫਟ ਆਲੂ ਵਾਲੇ ਪਰੌਂਠੇ ਖਵਾਏ, ਕੋਈ ਗੱਲ ਨਹੀਂ ਕਰਨ ਵਾਲੀ, ਮੈਂ ਵੀ ਬੈਠਿਆ ਮੁਸਾਂ ਨੂੰ ਤਾਜ ਦਾ ਜੀ ਜਮਾਂ ਵੀ ਅੱਜ ਕੰਮ ਵੱਜਾ, ਨਜ਼ਾਰੇ ਵੱਜੇ, ਅਤੇ ਉਹ ਨਜ਼ਾਰੇ ਧੀ ਨੇ ਐਂ ਮੈਂ ਕਿਹਾ ਬਾਗੋ ਬਾਗ ਕਰ ਛੱਡਿਆ, ਕੋਈ ਗੱਲ ਨਹੀਂ ਕਰਨ ਵਾਲੀ, ਅਤੇ ਸਗਨ ਵਿਹਾਰ ਜਿਹੜੇ ਕੀਤੇ ਸੀ ਨਾ ਉਹ ਉਹਨਾਂ ਦਾ ਮੁੱਲ ਇਹਨੇ ਪਾਤਾ, ਅੱਜ ਇੱਕੇ ਦਿਨ 'ਚ ਸਾਰੇ ਕਸਰਾਂ ਕੱਢਤੀਆਂ। ਅੱਛਾ, ਤੁਸੀਂ ਮੁੱਛ ਖੜੀ ਕਰਕੇ ਦੱਸਿਆ ਹੈ, ਜਿਵੇਂ ਧੀ ਦੇ ਨਾਲ ਖੜੀ ਹੁੰਦੀ ਸੀ, ਉਹਦੇ ਨੌਂ ਦੇ ਨਾਲ ਵੀ ਹੁਣ ਮੁੱਛ ਖੜੀ ਆ? ਮੈਂ ਕਿਹਾ ਵੀ ਧੀ ਦੇ ਨਾਲ ਤਾਂ ਚਲੋ ਮਾੜੀ ਮੋਟੀ ਕਿਸੇ ਵੇਲੇ ਡਾਊਨ ਵੀ ਹੋ ਜਾਂਦੀ, ਨੌਂ ਨੇ ਐਂ ਮੁੱਸਾਂ ਇੱਕ ਛੱਡ ਕੇ ਦੋਵੇਂ ਖੜੀਆਂ ਕਰਾਤੀਆਂ ਇੱਦਾਂ, ਵੀ ਕੋਈ ਗੱਲ ਨਹੀਂ ਪਾਪਾ ਜੀ, ਫਿਕਰ ਨਾ ਕਰੋ, ਤੁਸੀਂ ਜਿੱਥੇ ਵੀ ਮਾੜੀ ਜੀ ਹਵਾ ਵੀ ਮਾੜੀ ਜੀ ਤੁਹਾਡੇ ਵੱਲੋਂ ਆਊ ਮੇਰੇ ਵੱਲ, ਮੈਂ ਦੌੜੀ ਆਊਂ, ਅਤੇ ਇੱਦਾਂ ਹੀ ਦੌੜੀ ਆਉਂਦੀ ਆ, ਛਣ ਛਣ ਕਰਦੀ ਮੈਂ ਕਿੰਨਾ ਆਵੇ, ਅਤੇ ਉਹ ਛਣ ਛਣ ਕਰਦੀ ਆਉਂਦੀ ਆ। ਹਾਂਜੀ। ਅੱਛਾ ਵੀਰੇ, ਜਦੋਂ ਲਵ ਮੈਰਿਜ ਆ ਹੈ ਨਾ, ਕਿੱਦਾਂ ਸ਼ੁਰੂਆਤ ਹੋਈ ਸੀਗੀ? ਨਹੀਂ ਇਹ ਤਾਂ ਮੇਰੀ ਲਵ ਮੈਰਿਜ ਤਾਂ ਨਹੀਂ, ਪਰ ਆਪਾਂ ਕਹਿ ਸਕਦੇ ਚਲੋ ਲਵ ਹੀ ਲਾ ਲਓ ਤੁਸੀਂ ਵੀ, ਅਤੇ ਮਤਲਬ ਮੈਂ ਜਦੋਂ ਪਿੱਛੇ ਜੀ ਮੇਰੇ ਕੋਈ ਗਲਤੀ ਸੀਗੀ, ਇਹ ਹੋਸਪਿਟਲ ਦੇ ਵਿੱਚ ਮੇਰੀ ਸਟਾਰਟਿੰਗ ਹੋਈ ਆ, ਵੀ ਇਹ ਇਹਨਾਂ ਦੇ ਜਿਹੜੇ ਦੀਦੀ ਸੀ ਨਾ, ਉਹ ਜ਼ਿਆਦਾਤਰ ਚਲੋ ਮੈਂ ਵੈਸੇ ਦੱਸਾਂਗਾ ਅਗਲੀ ਇੰਟਰਵਿਊ ਵੀ ਹੋਣੀ, ਉਹਦੇ ਵਿੱਚ ਜ਼ਿਆਦਾ ਮੈਂ ਫਿਲਹਾਲ ਸ਼ੋਰਟਕੱਟ 'ਚ ਦੱਸ ਦੇਣਾ, ਉੱਥੇ ਹੀ ਆਏ ਸੀ, ਉਹਨਾਂ ਨੇ ਪਤਾ ਮੇਰਾ ਲਿਆ, ਹਾਲ ਚਲੋ ਪੁੱਛਿਆ ਕੋਈ, ਮੁੜ ਕੇ ਉਹ ਮੰਮੀ ਉਹਨਾਂ ਨੇ ਕਿਹਾ ਮੈਂ ਆਪਣੇ ਪੁੱਤ ਜਿਹੜਾ ਵਿਆਹ ਕਰ ਦੇਣਾ ਹੈ ਨਾ, ਵੀ ਇੱਦਾਂ ਦਾ ਕਰਕੇ ਆ, ਅਤੇ ਮੁੜ ਕੇ ਉਹਨਾਂ ਨੇ ਆਖਿਆ ਮੇਰੀ ਭੈਣ ਹੈਗੀ ਹੈ, ਬਸ ਫਿਰ ਗਾਂ ਰਿਸ਼ਤਾ ਜਿਹੜਾ ਨਹੀਂ ਜੁੜ ਗਿਆ ਸਾਡਾ। ਅੱਛਾ ਭਾਬੀ ਜੀ, ਬਹੁਤ ਵੱਡੀ ਗੱਲ ਹੈ ਨਾ, ਕਿਸੇ ਦੇ ਸੁੱਖ ਨੂੰ ਦੇਖ ਕੇ ਹਰ ਕੋਈ ਆ ਜਾਂਦਾ, ਪਰ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਵੀਰ ਜੀ ਦਾ ਹੱਥ ਫੜਿਆ। ਹਾਂਜੀ ਹਾਂਜੀ ਬਿਲਕੁਲ, ਮੈਂ ਦੁੱਖ ਦੇ ਵਿੱਚ ਹੱਥ ਫੜਿਆ ਇਹਨਾਂ ਦਾ। ਜਦੋਂ ਰਿਸ਼ਤੇ ਦੀ ਗੱਲ ਚੱਲੀ ਸੀਗੀ, ਕੀ ਖਿਆਲ ਆਏ ਸੀਗੇ ਮਨ ਦੇ ਵਿੱਚ ਦੀਪ ਨੂੰ ਦੇਖ ਕੇ? ਖਿਆਲ ਤਾਂ ਵਧੀਆ ਆਏ ਸੀ, ਬਟ ਯਕੀਨ ਨਹੀਂ ਹੋ ਰਿਹਾ ਸੀ ਕਿ ਇਹਨਾਂ ਦਾ ਰਿਸ਼ਤਾ ਆਇਆ ਹੈ ਮੈਨੂੰ। ਹਾਂਜੀ, ਖੁਸ਼ੀ ਸੀਗੀ, ਪੈਰ ਨਹੀਂ ਪੁੰਜਣ ਲੱਗਦੇ ਸੀਗੇ? ਨਹੀਂ ਲੱਗ ਰਹੇ। ਪਰ ਮੈਂ ਨਾ ਇੱਕ ਗੱਲ ਕਹਿਣੀ ਚਾਹੁੰਦਾ, ਇਹਨਾਂ ਨੂੰ ਵੀ ਪਤਾ ਵਾ ਵੀ ਚਲੋ ਉਦੋਂ ਨਵਾਂ ਨਵਾਂ ਹੀ, ਤੁਹਾਨੂੰ ਪਤਾ ਬੜਾ ਮੈਂ ਨਰਵਸ ਜਾਂ ਕਿ ਮੂਡ ਵੀ ਬੜਾ ਅਪਸੈਟ ਸੀਗਾ, ਅਤੇ ਮੈਂ ਉਦੋਂ ਯਕਦਮ ਰਿਸ਼ਤੇ ਦੀ ਗੱਲ ਚਲਾਤੀ 10-15 ਦਿਨਾਂ ਦੇ ਵਿੱਚ ਹੀ, ਮੁੜ ਕੇ ਨਾ ਇਹ ਜਦੋਂ ਆਏ ਨਾ, ਮੈਂ ਇਹਨਾਂ ਨੂੰ ਦੇਖਣ ਲੱਗਾ, ਇਹ ਜਦੋਂ ਆਏ ਮੈਂ ਉੱਥੇ ਗਿਆ ਹੈ ਨਾ, ਅਤੇ ਮੇਰਾ ਮੂੰਹ ਨੀਵਾਂ ਸੀਗਾ, ਮੈਂ ਤਾਂ ਇੰਨਾ ਕੁ ਪੁੱਛਣਾ ਭੋਲਾ ਬਣਿਆ ਸੀ ਨਾ, ਜਿੱਦਾਂ ਪਤਾ ਹੀ ਨਹੀਂ ਕੁਛ ਹੁੰਦਾ, ਮੈਂ ਮੂੰਹ ਨੀਵਾਂ, ਇਹਨਾਂ ਨੂੰ ਪੁੱਛ ਲਓ, ਇਹ ਮੇਰੇ ਲਾਗੇ ਬੈਠੇ ਹੋਏ ਨੇ ਵੀ ਦੀਪ ਤੂੰ ਇੱਕ ਵਾਰੀ ਮੈਨੂੰ ਅੱਖਾਂ ਚੁੱਕ ਕੇ ਵੇਖਿਆ, ਮੈਂ ਵੇਖਿਆ ਹੀ ਨਹੀਂ, ਬਸ ਇੱਕ ਵਾਰੀ ਮਾੜਾ ਜਿਹਾ ਆਉਂਦਿਆਂ ਦੂਰੋਂ ਵੇਖਿਆ, ਉਸ ਤੋਂ ਬਾਅਦ ਮੈਂ ਨਿਗਾਹ ਤਾਂ ਹੀ ਨਹੀਂ ਚੁੱਕੀ ਜਮਰ ਜੀ, ਕਿਉਂਕਿ ਮੈਂ ਹਾਂ ਹੀ ਨਹੀਂ ਕੀਤੀ, ਮੈਂ ਕਿਹਾ ਨਹੀਂ ਡੈਡੀ ਜੀ ਉੱਠੋ ਚੱਲੀ ਗਏ, ਨਹੀਂ ਰਿਸ਼ਤਾ ਮੇਰਾ ਮਨ ਹੀ ਨਹੀਂ ਵੱਜਦਾ, ਜੇ ਮੈਂ ਇਹ ਨਹੀਂ ਕਿਹਾ ਵੀ ਹਾਂ ਵੀ ਇੱਦਾਂ ਵਾ ਰੰਗ ਕਾਲਾ ਵਾ ਜਾਂ ਗੋਰਾ ਵਾ ਭਾਰੇ ਜਾਂ ਕੁਛ ਨਹੀਂ, ਮੈਂ ਕੁਛ ਵੀ ਨਹੀਂ ਕਿਹਾ, ਬਸ ਮੈਂ ਕਿਹਾ ਨਹੀਂ ਰਿਸ਼ਤਾ ਨਹੀਂ ਕਰਨਾ ਜੇ ਮੇਰਾ ਮਨ ਹੀ ਨਹੀਂ ਵੱਜਦਾ ਵੀ, ਅਤੇ ਮੁੜ ਕੇ ਨਾ ਇਹਨਾਂ ਨੇ ਫਿਰ ਮੁੰਡੀ ਦੀਦੀ ਹੋਣਾਂ ਨੇ ਤਰਲੇ ਬੜੇ ਮਾਰੇ, ਦੀਪ ਮੰਨ ਜਾ ਮਾ ਜਾ, ਫਿਰ ਮੈਨੂੰ ਕਿਹਾ ਮੈਂ 10 ਦਿਨਾਂ ਮੇਰੇ ਕੋਲ ਆਇਓ ਵੀ, ਫਿਰ ਇਹਨਾਂ ਨੇ 10 ਦਿਨ ਦੀਪ ਹੋ ਗਏ, ਨਹੀਂ ਨਹੀਂ ਅਜੇ ਰੁਕ ਜਾਓ ਅਜੇ ਮੇਰਾ ਮਨ ਨਹੀਂ ਵਜੇ, 20 ਦਿਨਾਂ ਨੂੰ ਆਇਓ, 40-45 ਦਿਨ ਮੈਂ ਇਹਨਾਂ ਨੂੰ ਲਾਰੇ ਲਾਏ, ਫਿਰ ਡੈਡੀ ਮੰਮੀ ਹੁਣ ਦੀਦੀ ਨੇ ਜਦੋਂ ਮੇਰੀ ਭੈਣ ਨੇ ਰਿਕੁਐਸਟ ਕੀਤੀ ਦੀਪ ਕਰ ਲਾ ਹਾਂ ਕੀ ਹੋ ਚੱਲਿਆ ਮੰਮੀ ਹੁਣ ਸੁੱਖ ਦੇ, ਫਿਰ ਮੈਂ ਹਾਂ ਕਰਤੀ, ਅਤੇ ਹੁਣ ਇਹਨਾਂ ਨੇ ਪੁੱਛਿਓ ਫਿਰ ਜਦੋਂ ਦੀਪ ਹੁਣਾਂ ਨੇ ਹਾਂ ਕੀਤੀ ਵੀ ਕਿੱਥੇ ਜਾ ਕੇ ਕਿੱਦਾਂ ਕਦੋਂ ਕੀਤੀ ਅਤੇ ਕਿਹੜੇ ਵੇਲੇ ਕੀਤੀ, ਹਾਂ ਪੁੱਛੋ ਇਹਨਾਂ ਨੂੰ ਇਹ ਸਵਾਲ। ਅੱਛਾ, ਰੱਬ ਨੇ ਤੁਹਾਡੇ ਲਈ ਹੀਰਾ ਚੁਣ ਕੇ ਰੱਖਿਆ ਸੀਗਾ, ਬਹੁਤ ਸੋਹਣੇ ਨੇ ਹੈ ਨਾ। ਅੱਛਾ, ਜਦੋਂ ਦੀਪ ਕਹਿੰਦੇ ਨੇ ਕਿ ਮੈਂ ਬਹੁਤ ਭੋਲਾ ਬਣਿਆ ਸੀਗਾ ਹੈ ਨਾ, ਹੁਣ ਮੈਨੂੰ ਇਹ ਦੱਸੋ ਵੀ ਇਹ ਭੋਲੇ ਨਿਕਲੇ? ਨਹੀਂ। ਇੱਦਾਂ ਕਿਉਂ ਲੱਗਦਾ? ਵੈਸੇ ਹੀ ਥੋੜ੍ਹੇ ਹੈਗੇ ਆ, ਨਹੀਂ ਜੀ ਠੀਕ ਨੇ, ਵੈਸੇ ਬਹੁਤ ਵਧੀਆ ਨੇ। ਪਰਿਵਾਰ 'ਚ ਥੋੜ੍ਹੇ ਦਿਨ ਹੋਏ ਹਾਲੇ ਆਇਆਂ ਨੂੰ, ਕਿੱਦਾਂ ਦਾ ਲੱਗਾ ਸੁਭਾਅ ਸਾਰਾ? ਬਹੁਤ ਵਧੀਆ, ਮੈਂ ਘੁਲ ਮਿਲ ਗਈ ਹਾਂ, ਮੰਮੀ ਪਾਪਾ ਵੀ ਬਹੁਤ ਵਧੀਆ ਨੇ, ਦੀਦੀ ਜੀ, ਜੀਜੂ ਜੀ, ਸਭ ਫੈਮਲੀ ਮੇਰੀ ਬਹੁਤ ਵਧੀਆ। ਅੱਛਾ, ਇੱਕ ਮੇਰੀ ਵੀ ਭਾਬੀ ਹੈਗੀ ਆ, ਮੇਰੀ ਭਾਬੀ ਮੰਮੀ ਦੇ ਜ਼ਿਆਦਾ ਕਲੋਜ਼ ਹੈ ਹੈ ਨਾ, ਉਹਨਾਂ ਨਾਲ ਗੱਲਾਂ ਸ਼ੇਅਰ ਕਰਨੀਆਂ ਪਸੰਦ ਹੈ। ਤੁਹਾਨੂੰ ਪੂਰੇ ਪਰਿਵਾਰ 'ਚੋਂ ਸਾਰਿਆਂ ਦਾ ਨੇਚਰ ਵਧੀਆ, ਇੱਕ ਕੋਈ ਬੰਦਾ
ਇਹਨਾਂ ਨੇ ਪ੍ਰਸ਼ਾਦ ਬਣਾਇਆ ਸੀ। ਅੱਛਾ, ਕਿਵੇਂ ਦਾ ਬਣਾਇਆ? ਬਹੁਤ ਵਧੀਆ। ਹਾਂ, ਕੁਕਿੰਗ ਸ਼ੁਰੂ ਕਰਤੀ, ਖਾਣਾ ਵਗੈਰਾ ਬਣਾਤਾ? ਹਾਂਜੀ ਹਾਂਜੀ। ਸਭ ਤੋਂ ਜ਼ਿਆਦਾ ਸਵਾਦ ਖਾਣਾ ਕਿਹਨੂੰ ਲੱਗਾ, ਤੁਸੀਂ ਦੱਸੋ? ਵੀ ਮੈਨੂੰ ਤਾਂ ਬਹੁਤ ਸਵਾਦ ਲੱਗਾ। ਮੈਂ ਅੱਗੇ ਦੋ ਕੁ ਫੁਲਕੇ ਖਾਂਦਾ ਹਾਂ, ਕੱਲ੍ਹ ਫਿਰ ਚਾਰ ਖਾਧੇ, ਅਤੇ ਪ੍ਰਸ਼ਾਦ ਵੀ ਮੈਂ ਵੈਸੇ ਤਾਂ ਹਿਸਾਬ ਦਾ ਖਾਂਦਾ, ਪਰ ਕੱਲ੍ਹ ਮੈਂ ਜ਼ਿਆਦਾ ਹੀ ਖਾ ਗਿਆ। ਹਾਂਜੀ, ਹੁਣ ਆਸਾਰ ਹੈ ਕਿ ਬਾਪੂ ਜੀ ਮੋਟੇ ਹੋ ਜਾਣਗੇ? ਲੱਗਦਾ ਹੀ ਆ ਇਹ ਤਾਂ, ਜੇ ਹਿਸਾਬ ਨਾਲ ਖਾਣਾ ਆ ਰਿਹਾ। ਫੇਵਰੇਟ ਖਾਣਾ ਵੀ ਖਾਣਾ, ਫੇਵਰੇਟ ਬਣਾਉਂਦੀ, ਪਤਾ ਨਹੀਂ ਇਹਨੂੰ ਕਿੱਦਾਂ ਪਤਾ ਪਹਿਲਾਂ ਹੀ। ਅੱਛਾ, ਪਹਿਲਾਂ ਤਾਂ ਨਹੀਂ ਦੀਪ ਨਾਲ ਕਿਤੇ ਤਿਆਰੀ ਦੀਪ ਨੇ ਪਹਿਲਾਂ ਹੀ ਕਰਵਾ ਕੇ ਭੇਜੀ ਹੋਵੇ? ਨਹੀਂ, ਇਹ ਮੈਂ ਨਹੀਂ ਕਹਿ ਸਕਦਾ, ਲੇਕਿਨ ਇਹ ਅੱਜ ਵੀ ਨਾ ਕਹਿਣ ਡਈ, ਮੰਮਾ ਮੈਂ ਨਾ ਅੱਜ ਪਾਲਕ ਪਨੀਰ ਬਣਾਉਣਾ, ਉਹ ਮੇਰਾ ਇੰਨਾ ਕੁ ਫੇਵਰੇਟ, ਕੋਈ ਗੱਲ ਨਹੀਂ ਕਰਨ ਵਾਲੀ। ਅਤੇ ਮੈਂ ਤਾਂ ਹੁਣੇ ਜਿੱਦਾਂ ਫੀਲਿੰਗ ਜੀ ਲੈਣ ਡਿਆ ਵੀ ਮੂੰਹ 'ਚ ਪਾਣੀ ਆ ਗਿਆ, ਵੀ ਮੈਂ ਚਮਚਾ ਮੂੰਹ 'ਚ ਘਰੇ ਗਿਆ ਹੋਵੇ, ਇੱਦਾਂ ਦਾ। ਹਾਂਜੀ, ਅਤੇ ਤੁਹਾਨੂੰ ਕਿਵੇਂ ਦਾ ਲੱਗਾ ਸੀ ਖਾਣਾ? ਮੈਨੂੰ ਬਹੁਤ ਵਧੀਆ ਲੱਗਿਆ, ਬਹੁਤ ਵਧੀਆ। ਕਿਨਾਂ ਦਾ, ਮੈਂ ਤਾਂ ਸਿਰਫ ਲਾਗੋਂ ਇਹਦੇ ਆਲੂ ਛਿੱਲੇ, ਬਾਕੀ ਇਹਨੇ ਲੂਣ ਮਿਰਚ ਮਸਾਲਾ ਸਭ ਕੁਝ ਇਹਨੇ ਆਪੇ ਪਾਇਆ। ਕਹਿੰਦੀ ਮੰਮਾ ਮਿਰਚਾਂ ਪਾਲਾ, ਮੈਂ ਕਿਹਾ ਤੇਰੇ ਨਾਲ ਦਾ ਨਹੀਂ, ਮਿਰਚ ਖਾਂਦਾ ਬਾਕੀ ਸਾਰੇ ਖਾ ਲੈਂਦੇ। ਮੰਮੀ ਸਗੋਂ ਕਹਿੰਦੇ ਸੀ, ਮੈਂ ਲੱਗ ਕੇ ਦੇਖਣ ਡਿਆ, ਮੰਮੀ ਕਹਿੰਦੇ ਸੀ ਪੁੱਤ ਗੈਸ ਘੱਟ ਕਰ, ਵੱਧ ਕਰ, ਨਹੀਂ ਜਾਂਚ ਨਹੀਂ ਹੈਗੀ ਅਜੇ, ਝੂਠ ਨਹੀਂ ਬੋਲਣਾ ਮੰਮੀ, ਕੜਾਹ ਵੇਲੇ ਵੀ ਨਾ ਜਦੋਂ ਪ੍ਰਸ਼ਾਦ ਬਣਾ ਰਹੇ ਗੈਸ ਘੱਟ ਕਰਨਾ, ਵੱਧ ਕਰਨਾ, ਇਹ ਕਹਿੰਦੇ ਨਹੀਂ ਲੱਗ, ਕਹਿੰਦੇ ਥੋੜ੍ਹੀ ਬਹੁਤ ਲੱਗੋ, ਹੈਲਪ ਚਾਹੀਦੀ। ਮੈਂ ਕਿਹਾ ਬਸ ਠੀਕ ਹੈ, ਫਿਰ ਤਾਂ ਮੈਂ ਨਾਲ ਹੀ ਲੱਗਾ ਰਹੂੰਗਾ ਜਾਂ ਮੰਮੀ ਲੱਗੇ ਰਹਿਣਗੇ। ਚਲੋ, ਕੱਚਾ ਖਿਡਾਰੀ ਆ ਪਰ ਫਿਰ ਵੀ ਵਧੀਆ ਬਣਾਇਆ ਖਾਣਾ, ਤੁਹਾਨੂੰ ਸਵਾਦ ਲੱਗਾ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸਵਾਦ ਲੱਗਾ। ਅਤੇ ਹੁਣ ਮੈਨੂੰ ਤੁਸੀਂ ਦੱਸੋ ਵੀ ਕਿਚਨ ਦੇ ਸਾਰੇ ਹਥਿਆਰ ਹਵਾਲੇ ਕਰਤੇ, ਹੁਣ ਟੈਨਸ਼ਨ ਫਰੀ ਹੋ ਗਏ ਰੋਟੀ ਵੱਲੋਂ? ਹਾਂਜੀ, ਅੱਜ ਵੀ ਅਸੀਂ ਜਾਣਾ ਸੀ ਕਿਤੇ, ਪਰ ਮੈਨੂੰ ਹੁਣ ਟੈਨਸ਼ਨ ਨਹੀਂ ਹੈਗੀ ਵੀ ਰਾਤ ਨੂੰ ਰੋਟੀ ਨਹੀਂ ਪੱਕੀ ਮਿਲਣੀ। ਚਲੋ, ਜਿੱਦਾਂ ਅੱਗੇ ਮੈਂ ਥੱਕੀ ਟੁੱਟੀ ਆਉਂਦੀ ਸੀ, ਤਰਲੇ ਲੈਂਦੀ, ਕਦੀ ਦੀਪ ਬਾਜ਼ਾਰੋਂ ਸਬਜ਼ੀ ਬਣੀ ਬਣਾਈ ਲਿਆਉਂਦਾ ਸੀ, ਕਦੀ ਚਲੋ ਇੱਥੇ ਜਿਹੜੇ ਸਾਡੇ ਘਰ ਕੰਮ ਕਰਦੇ, ਕਦੀ ਉਹਨਾਂ ਨੂੰ ਵਿਚਾਰਿਆਂ ਨੂੰ ਸੱਦਦੇ ਵੀ ਰੋਟੀ ਬਣਾ ਜਾਓ ਸਾਡੀ, ਅਤੇ ਚਲੋ ਹੁਣ ਇੰਨੀ ਟੈਨਸ਼ਨ ਨਹੀਂ ਹੈਗੀ, ਚਲੋ ਸਾਡੀ ਧੀ ਰਾਣੀ ਆਈ, ਚਲੋ ਬਣਾਊਂਗੀ ਰੋਟੀ। ਅੱਛਾ ਅੰਕਲ ਜੀ, ਚਾਰ ਰੋਟੀਆਂ ਹੋ ਗਈਆਂ, ਤੁਸੀਂ ਐਕਟਿੰਗ ਕਰਦੇ ਹੋ ਹੈ ਨਾ, ਕੈਮਰਾ ਜਿਹੜਾ ਬੰਦਾ ਕਰਦਾ ਹੁੰਦਾ ਉਹਨੂੰ ਤਾਂ ਫਿੱਟ ਰਹਿਣਾ ਪੈਂਦਾ ਐਕਟਰ ਨੂੰ ਤਾਂ ਬਹੁਤ, ਅਤੇ ਉਹਦਾ ਨਹੀਂ ਤੁਸੀਂ ਸੋਚਦੇ ਵੀ ਹੁਣ ਚਾਰ ਰੋਟੀਆਂ ਖਾਣੀਆਂ ਅਤੇ ਅੱਗੇ ਐਕਟਿੰਗ ਕਿੱਦਾਂ ਕਰਨੀ ਆ? ਨਹੀਂ, ਵੈਸੇ ਤਾਂ ਨਾ ਮੇਰਾ ਬੇਟਾ ਕਹਿੰਦਾ ਵੀ ਡੈਡੀ ਹੋਰ ਗੱਲਾਂ ਸਭ ਠੀਕ ਆ, ਤੇਰਾ ਪੇਟ ਬੜਾ ਫੁੱਲਿਆ। ਹੁਣ ਮੈਨੂੰ ਲੱਗਦਾ ਉਹ ਪਹਿਲੇ ਨਾ ਵੀ ਜ਼ਿਆਦਾ ਇਹਨੇ ਹੋਰ ਖੇਡ ਖਰਾਬ ਕਰ ਦੇਣੀ ਲੱਗਦੀ, ਪਰ ਹੁਣ ਮੈਨੂੰ ਸੋਚਣਾ ਪਊ ਚਾਰ ਦਿਨ ਅਤੇ ਹੁਣ ਖਾ ਲਈਏ, ਮੁੜ ਕੇ ਇਹ ਨਾ ਹੋਵੇ ਨੌਂ ਰਾਣੀ ਆਖੇ ਵੀ ਡੈਡੀ ਤੇਰੇ ਲਈ ਦੋ ਹੀ ਲਾਈਆਂ ਸੀ ਵੱਧ ਨਹੀਂ। ਤੁਸੀਂ ਇਸ ਵਾਰੀ ਫਿਰ ਦੀਪ ਨੂੰ ਦੋਸ਼ ਦੇ ਸਕਦੇ ਹੋ ਕਿ ਤੂੰ ਵਿਆਹ ਕਰਾਇਆ ਤਾਂ ਮੇਰੀਆਂ ਰੋਟੀਆਂ ਵਧੀਆ? ਨਹੀਂ, ਦੋਸਤ ਮੈਂ ਕਿਸੇ ਨੂੰ ਨਹੀਂ ਦਿੰਦਾ, ਨੌਂ ਦੀਆਂ ਪੱਕੀਆਂ ਖਾਣ ਨੂੰ ਕਿੱਦਾਂ ਨਹੀਂ ਜੀ ਕਰਦਾ, ਮੰਜੇ ਦੇ ਉੱਤੇ ਐਂ ਗਰਮੋ ਗਰਮ ਪ੍ਰਸਾਦੇ ਹੋਣ, ਨਾਲ ਦਹੀਂ ਹੋਵੇ, ਆਲੂ ਵਾਲੇ ਪਰੌਂਠੇ ਪੱਕੇ ਹੋਣ, ਫਿਰ ਛੱਡਣ ਨੂੰ ਜੀ ਕਰਦਾ, ਉਹ ਤਾਂ ਦੂਜੇ ਦੇ ਗੁਆਂਢੀਆਂ ਘਰ ਪੱਕਦੇ ਹੋਣ ਤਾਂ ਤਾਂ ਬਾਸ਼ਨਾ ਨਾ ਬੰਦਾ ਰੱਜਣ ਨੂੰ ਫਿਰਦਾ ਵੀ ਕਿਹੜੇ ਵੇਲੇ, ਅਤੇ ਆਪਣੇ ਘਰ ਤੋਂ ਅੱਗੇ ਅੱਖਾਂ ਦੇ ਸਾਹਮਣੇ ਪਏ ਅਤੇ ਨਾਲੇ ਨੌਂ ਰਾਣੀ ਨੇ ਬਣਾਏ ਹੋਣ, ਤਾਂ ਫਿਰ ਤਾਂ ਬਹੁਤਾ ਹੀ ਨਜ਼ਾਰਾ ਆਉਂਦਾ ਨਾ। ਆਪਾਂ ਇੱਥੇ ਆਏ ਸਾਨੂੰ 2 ਕੁ ਘੰਟੇ ਹੋ ਗਏ, ਅਤੇ ਪਰ ਮੈਨੂੰ ਇਹ ਬਿਲਕੁਲ ਵੀ ਐਂ ਮਹਿਸੂਸ ਨਹੀਂ ਹੋਇਆ ਕਿ ਮੈਂ ਕਿਸੇ ਦਾ ਇੰਟਰਵਿਊ ਕਰਨਾ ਹੀ, ਮੈਨੂੰ ਇੱਦਾਂ ਲੱਗਾ ਮੈਂ ਆਪਣੇ ਪਰਿਵਾਰ 'ਚ ਬੈਠੀ ਹਾਂ। ਦੀਪ ਵੀਰਾ ਜੇ ਕਿਤੇ ਕੰਮ ਚਲ ਜਾਂਦਾ ਤਾਂ ਅੰਕਲ ਜੀ ਹੁਣੇ ਆ ਕੇ ਗੱਲਾਂ ਕਰਨ ਲੱਗ ਪੈਂਦੇ, ਹੈ ਨਾ? ਇਹ ਗੱਲ ਮੈਂ ਤਾਂ ਕਰ ਰਹੀ ਕਿਉਂਕਿ ਮੈਂ ਇਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ 4-5 ਦਿਨ ਹੋਏ ਹਲੇ ਇੱਥੇ ਆਇਆਂ ਨੂੰ, ਘਰ ਦੀ ਯਾਦ ਆਉਂਦੀ ਆ? ਕਦੀ ਲੱਗਾ ਵੀ ਮੈਂ ਇੱਕ ਨਵੇਂ ਪਰਿਵਾਰ ਦੇ ਵਿੱਚੋਂ ਪਿੱਛੇ ਪੇਕਾ ਪਰਿਵਾਰ ਛੱਡ ਕੇ ਆਈ ਹਾਂ? ਨਹੀਂ ਨਹੀਂ, ਬਿਲਕੁਲ ਨਹੀਂ ਮਹਿਸੂਸ ਨਹੀਂ ਹੋ ਰਿਹਾ, ਉਸ ਤਰ੍ਹਾਂ ਦਾ ਮੈਨੂੰ ਸੇਮ ਅੱਗੇ ਮਿਲ ਗਿਆ ਜਿਸ ਤਰ੍ਹਾਂ ਦਾ ਪਿੱਛੇ ਸੀਗਾ। ਅੱਛਾ, ਇੰਟਰਵਿਊਜ਼ ਵੀ ਹੋ ਰਹੇ ਹੈ ਨਾ, ਅਤੇ ਸਾਰਾ ਕੁਛ ਮੈਨੇਜ ਵੀ ਕਰਨਾ ਪੈਂਦਾ, ਨਾਲ ਤੁਸੀਂ ਇੱਕ ਇੰਟਰਵਿਊ ਕੰਪਲੀਟ ਕੀਤਾ ਫਿਰ ਚਾਹ ਵੀ ਬਣਾਈ, ਔਖਾ ਲੱਗਦਾ? ਨਹੀਂ ਨਹੀਂ, ਬਿਲਕੁਲ ਨਹੀਂ, ਆਦਤ ਹੈ, ਹਾਂਜੀ, ਖੁਸ਼ੀ ਨਾਲ ਸਭ ਕੁਛ ਕਰਦੇ। ਅੱਛਾ, ਹੁਣ ਤੁਸੀਂ ਇਹ ਦੱਸੋ ਤੁਹਾਨੂੰ ਇਹਨਾਂ ਦੀ ਸਭ ਤੋਂ ਵਧੀਆ ਆਦਤ ਕਿਹੜੀ ਲੱਗੀ? ਸਭ ਨੂੰ ਵਧੀਆ ਮੇਰੀ ਨਾ ਆਪਣਾ ਆਦਤ ਜਿਹੜੀ ਇਹਨਾਂ ਦੀ ਮੈਨੂੰ ਵਧੀਆ ਲੱਗੀ ਹੈ, ਜੋ ਮੈਂ ਚਾਹੁੰਦਾ ਸੀ ਨਾ ਵੀ ਮੇਰੇ ਮਾਂ ਪਿਓ ਦੀ ਜਿਹੜੀ ਇੱਜ਼ਤ ਕਰੇ ਵੀ, ਹੈ ਨਾ, ਜੀ ਜੀ ਕਰਦੀ ਫਿਰੇ, ਮੰਮੀ ਜੀ ਕਹਿ ਦਿੰਦਾ ਵੀ ਸੰਦੀਪ ਆਈ ਤਾਂ ਸਮਝ ਲਈ ਇੱਕ ਸੈਕਿੰਡ ਵਿੱਚ ਜਾਣਾ ਆ, ਸਾਰੇ ਕੰਮ ਛੱਡ ਦੇਣੇ ਆ, ਜੋ ਮਰਜ਼ੀ ਹੋ ਜਾਵੇ ਵੀ ਤਾਂ ਹਾਂ ਜਾਣਾ ਆ। ਮੈਂ ਇਹ ਗੱਲ ਚਾਹੁੰਦਾ ਹਾਂ ਵੀ ਮੈਂ ਜ਼ਿੰਦਗੀ 'ਚ ਬਹੁਤ ਦੁੱਖ ਦਿੱਤੇ, ਮੈਂ ਕਿਉਂ ਕਹਾਂ ਵੀ ਮੈਂ ਨਹੀਂ ਦਿੱਤੇ ਦੁੱਖ, ਦਿੱਤੇ ਦੁੱਖ ਵੀ, ਸੁੱਖ ਵੀ ਚਲੋ ਦਿੱਤੇ, ਦੁੱਖ ਵੀ ਦਿੱਤੇ, ਪਰ ਮੈਂ ਚਾਹੁੰਦਾ ਹਾਂ ਵੀ ਹੁਣ ਮੰਮੀ ਹੁਣੀ ਨਾ ਹੱਸ ਕੇ ਜ਼ਿੰਦਗੀ ਬਤੀਤ ਕਰਨ, ਹੈ ਨਾ, ਵੀ ਤੁਹਾਨੂੰ ਵੀ ਪਤਾ ਇਹਨਾਂ ਦੀ ਏਜ ਬੜੀ ਹੋ ਚੁੱਕੀ, ਮਹਾਰਾਜ ਹੈ ਨਾ ਵੀ ਸੁੱਖੀ ਸਾਂਦੀ ਸਾਰਾ ਕੁਝ ਠੀਕ ਹੀ ਰੱਖੇ ਵੀ ਜ਼ਿੰਦਗੀ ਦੇ ਵਿੱਚ, ਪਰ ਮੈਂ ਕਹਿੰਦਾ ਜਿੰਨਾ ਟਾਈਮ ਹੈ ਨਾ ਮਾਂ ਪਿਓ ਖੁਸ਼ ਰਹਿਣ ਮੇਰੇ ਬਸ ਹੁਣ, ਅਤੇ ਮੈਂ ਕਦੇ ਵੀ ਦੁੱਖ ਨਾ ਆਵੇ, ਬਸ ਮੈਂ ਇਹਨਾਂ ਨੂੰ ਇਹੋ ਗੱਲ ਕਹਿੰਦਾ ਨਾ, ਹਾਂ ਮੇਰਾ ਸੁਪਨਾ ਕੋਈ ਗੱਲ ਨਹੀਂ ਮਿੱਟੀ ਹੋ ਜਾਵੇ, ਕੋਈ ਚੱਕਰ ਨਹੀਂ, ਮੰਮੀ ਡੈਡੀ ਹੁਣ ਦੇ ਆਪਾਂ ਸੁਪਨੇ ਜਿਹੜੇ ਪੂਰੇ ਕਰ ਦਿੰਦੇ ਜਿਹੜੇ ਰਹਿੰਦੇ ਨੇ ਕੁਝ ਕੁ।
ਤੁਹਾਨੂੰ ਪੁੱਛਣਾ ਚਾਹੂੰਗੀ, ਇੱਕ ਕੁੜੀ ਹੋਣ ਦੇ ਨਾਤੇ ਮੈਂ ਵੀ ਇਹ ਚੀਜ਼ਾਂ ਫੀਲ ਕਰਦੀ ਕਿ ਜੇਕਰ ਮੇਰਾ ਹਸਬੈਂਡ ਕਹੂਗਾ ਕਿ ਮਾਂ ਪਿਓ ਦੀ ਜ਼ਿਆਦਾ ਰਿਸਪੈਕਟ ਕਰਨੀ, ਇਹਨਾਂ ਨੂੰ ਹਰ ਖੁਸ਼ੀ ਦੇਣੀ ਹੈ ਨਾ, ਅਤੇ ਮੈਂ ਇਹ ਸੋਚਦੀ ਹਾਂ ਕਿ ਜੇ ਮੁੰਡਾ ਮਾਂ ਪਿਓ ਦੀ ਇੰਨੀ ਕਦਰ ਕਰ ਸਕਦਾ, ਮਾਂ ਦੀ ਕਰ ਸਕਦਾ, ਬਾਪ ਦੀ ਕਰ ਸਕਦਾ, ਅਤੇ ਉਹ ਜਿਹੜਾ ਤੁਹਾਡੇ ਘਰ ਆਊਗੀ, ਜਿਹਨੂੰ ਘਰ ਵਿਆਹ ਕੇ ਲੈ ਕੇ ਆਊਗਾ, ਉਹਨੂੰ ਵੀ ਓਨਾ ਹੀ ਖੁਸ਼ ਰੱਖੂਗਾ। ਅਤੇ ਤੁਹਾਨੂੰ ਦੀਪ ਨੇ ਇਹ ਗੱਲ ਸਟੇਜ 'ਤੇ ਵੀ ਕਹੀ ਸੀਗੀ ਕਿ ਮੇਰੇ ਮੰਮੀ ਡੈਡੀ ਦਾ ਖਿਆਲ ਰੱਖਣਾ ਹੈ ਨਾ, ਉਹਨਾਂ ਦੀ ਅੱਖ 'ਚ ਹੰਝੂ ਨਹੀਂ ਆਉਣਾ ਚਾਹੀਦਾ। ਫਿਰ ਉਦੋਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਸੀਗਾ? ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ, ਬਹੁਤ ਵਧੀਆ ਕਿਹਾ ਇਹਨਾਂ ਨੇ ਜੋ ਵੀ ਕਿਹਾ ਹੈ। ਮੈਂ ਸੇਮ ਉਸ ਤਰ੍ਹਾਂ ਹੀ ਕਰਦੀ ਹਾਂ, ਇਸ ਤੋਂ ਵੱਧ ਹੀ ਕਰਕੇ ਦਿਖਾਵਾਂਗੀ, ਘੱਟ ਨਹੀਂ ਕਰਦੀ। ਫਿਰ ਇਹਨਾਂ ਦੇ ਸ਼ਬਦਾਂ ਨੂੰ ਕਿਹੜੇ ਮੱਥੇ ਸਵੀਕਾਰ ਕੀਤਾ ਤੁਸੀਂ? ਇਸ ਤਰ੍ਹਾਂ ਮਤਲਬ ਦੀਪ ਨੇ ਕਿਹਾ ਕਿ ਮੰਮੀ ਡੈਡੀ ਦੀ ਰਿਸਪੈਕਟ ਕਰਨੀ, ਅਤੇ ਉਹਨਾਂ ਸ਼ਬਦਾਂ ਨੂੰ ਤੁਸੀਂ ਪ੍ਰਵਾਨ ਕੀਤਾ? ਹਾਂਜੀ ਕੀਤਾ। ਅੱਛਾ ਤੁਸੀਂ ਮੈਨੂੰ ਦੱਸੋ, ਨੌਂ ਦੀ ਕਿਹੜੀ ਆਦਤ ਵਧੀਆ ਲੱਗੀ ਆ? ਹਾਂਜੀ, ਨੌਂ ਦੀ ਇਹੋ ਆਦਤ ਵਧੀਆ ਲੱਗੀ, ਚਲੋ ਮੈਂ ਆਵਾਜ਼ ਮਾਰਦੀ ਹਾਂ ਉਸੇ ਵਾਲੇ ਲਾਗੇ ਖੜੀ ਹੋ ਜਾ, ਉਸੇ ਲਿਆ ਜਾਂਦੀ ਆ। ਹਾਂਜੀ, ਤੂੰ ਕਹਿਣਾ ਮੰਨਦੀ ਮੇਰਾ, ਬਹੁਤ ਵਧੀਆ ਮੈਨੂੰ ਲੱਗਾ, ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਵੀ ਚਲੋ ਮੈਨੂੰ ਇੱਦਾਂ ਦੀ ਧੀ ਚਾਹੀਦੀ, ਇੱਦਾਂ ਦਾ ਬੱਚਾ ਹੋਵੇ ਬਸ, ਜਿਹੜਾ ਮਾਂ ਪਿਓ ਦਾ ਆਗਿਆਕਾਰ ਹੋਵੇ। 2 ਸਾਲ ਪਹਿਲਾਂ ਭੈਣ ਦਾ ਵਿਆਹ ਹੋ ਗਿਆ, ਉਸ ਤੋਂ ਬਾਅਦ ਮਾਪੇ ਸੋਚਦੇ ਕਿ ਜਿੱਦਾਂ ਦੀ ਸਾਡੀ ਧੀ ਸੀ ਉੱਦਾਂ ਦੀ ਧੀ ਆ ਜਾਏ, ਅਤੇ ਘਰ ਕੰਪਲੀਟ ਹੈ, ਹੈ ਨਾ, ਕਮੀ ਮਹਿਸੂਸ ਨਾ ਹੋਵੇ, ਕਿਉਂਕਿ ਮਾਵਾਂ ਨੂੰ ਧੀਆਂ ਦਾ ਜ਼ਿਆਦਾ ਦੁੱਖ ਹੁੰਦਾ ਜਦੋਂ ਉਹਨਾਂ ਨੂੰ ਵਿਦਾ ਕਰਦੇ ਨੇ, ਅਤੇ ਹੁਣ ਉਹ ਕਮੀ ਕਿਤੇ ਨਾ ਕਿਤੇ, ਚਲੋ ਭੈਣ ਦੀ ਜਿਹੜੀ ਕਮੀ ਆ ਉਹ ਤਾਂ ਪੂਰੀ ਹੋਣੀ ਨਹੀਂ ਆ, ਅਤੇ ਹੌਸਲਾ ਮਿਲ ਗਿਆ ਤੁਹਾਨੂੰ? ਹਾਂਜੀ ਹਾਂਜੀ, ਬਹੁਤ ਜ਼ਿਆਦਾ ਹੌਸਲਾ ਮੈਨੂੰ, ਇੰਝ ਲੱਗਦਾ ਜਿੱਦਾਂ ਮੇਰੇ ਮਗਰ ਮਗਰ ਕਿਰਨ ਹੀ ਤੁਰੀ ਫਿਰਦੀ ਆ। ਹਾਂਜੀ, ਜਿੱਦਾਂ ਦੀ ਮੇਰੀ ਕਿਰਨ ਉੱਦਾਂ ਦੀ ਗਏ ਆ। ਅੰਕਲ ਜੀ, ਹੁਣ ਫਿਰ ਵਿਆਹ ਕਰਕੇ ਥੋੜ੍ਹੇ ਬਿਜ਼ੀ ਹੋ, ਹੁਣ ਵੀਡੀਓ ਕਦੋਂ ਬਣਾਉਣੀਆਂ ਸ਼ੁਰੂ ਕਰਨੀਆਂ ਦੁਬਾਰਾ ਤੋਂ? ਹੁਣ ਤਾਂ ਜਦੋਂ ਪੱਕੀਆਂ ਪਕਾਈਆਂ ਖਾਣ ਨੂੰ ਮਿਲਦੀਆਂ, ਹੁਣ ਵੀਡੀਓ ਬਣਾਉਣੀ ਸ਼ੁਰੂ ਕਰ ਦੇਣੀਆਂ ਕਿ ਅਜੇ ਮਨ ਵਿੱਚ ਵੀ ਥੋੜ੍ਹੀ ਬੂੰਦੀ ਮਠਿਆਈ ਵਧੀ ਆ, ਜਿਹਨੂੰ ਨਹੀਂ ਮਿਲੀ ਜਾ ਕੇ ਘਰ ਬਚਾਈਏ, ਨਾਲੇ ਸ਼ਗਨ ਲੈ ਆਈਏ, ਇਹ ਕਾਰ ਵਿਹਾਰ ਕਰਨ ਜਾਣਾ ਹੀ ਅੱਜ, ਕੋਈ ਨਹੀਂ 10 ਮਿੰਟ ਬਾਅਦ 'ਚ ਚੱਲ ਜਾਵਾਂਗੇ, ਅਤੇ ਮਗਰੋਂ ਵੀਡੀਓ ਬਣਾਉਣੀ ਆ, ਹੋਰ ਕੀ ਕਰਨਾ, ਹੁਣ ਤਾਂ ਕੋਈ ਗੱਲ ਨਹੀਂ ਕਰਨ ਵਾਲੀ। ਤਾਂ ਮੈਂ ਕਾਫੀ ਟਾਈਮ ਦੀ ਆਪਾਂ ਸੋਚ ਰਹੇ ਸੀ ਇੰਟਰਵਿਊ, ਪਰ ਸਬੱਬ ਨਹੀਂ ਬਣਿਆ, ਅੱਜ ਆਏ ਹਾਂ ਘਰ, ਹੈ ਨਾ, ਅਤੇ ਇੱਕ ਸਵਾਲ ਮੈਂ ਇਹ ਪੁੱਛਣਾ ਚਾਹੁੰਦੀ ਸੀਗੀ ਕਿ ਤੁਸੀਂ, ਤੁਹਾਡੀ ਵੀਡੀਓਜ਼ ਦੇਖ ਕੇ ਇੱਦਾਂ ਲੱਗਦਾ ਕਿ ਤੁਹਾਡੀ ਲਵ ਮੈਰਿਜ ਆ, ਲਵ ਹੈ ਕਿ ਅਰੇਂਜ ਆ? ਮੈਨੂੰ ਤਾਂ ਇਹ ਨਹੀਂ ਪਤਾ ਲਵ ਕੀ ਹੁੰਦਾ ਅਤੇ ਅਰੇਂਜ ਕੀ ਹੁੰਦਾ। ਉੱਦਾਂ ਇਹ ਆ ਵੀ ਪਹਿਲੀ ਵਾਰੀ ਮੈਂ ਵੇਖਣ ਗਿਆ ਸੀ, ਅਤੇ ਇਹਨਾਂ ਦੇ ਪਿਤਾ ਜੀ ਸਾਡੇ ਇੱਧਰ ਡੱਲਾ ਪਿੰਡ ਆ, ਕਾਦੀਆਂ ਵਾਲੇ ਰਸਤੇ 'ਤੇ ਨਹਿਰ ਆ, ਅਤੇ ਉੱਥੇ ਗਏ ਅਤੇ ਲੇਟ ਹੋ ਗਏ, ਅਤੇ ਪਾਪਾ ਜੀ ਕਹਿੰਦੇ ਵੀ ਭਾਈਆ ਜੀ ਲੇਟ ਹੋ ਗਏ, ਅਤੇ ਇਹਨਾਂ ਦੇ ਡੈਡੀ ਕਹਿੰਦੇ ਵੀ ਭਾਈਆ ਜੀ ਗਲਤੀ ਹੋ ਗਈ, ਜਦੋਂ ਹੱਥ ਜੋੜ ਕੇ ਇੱਦਾਂ ਕਿਹਾ, ਅਤੇ ਮੇਰੇ ਮਨ ਵਿੱਚ ਆਈ ਵੀ ਭਾਵੇਂ ਕਾਲੀ ਅਤੇ ਭਾਵੇਂ ਗੋਰੀ ਅਤੇ ਭਾਵੇਂ ਉੱਚੀ ਅਤੇ ਭਾਵੇਂ ਨੀਵੀਂ, ਭਾਵੇਂ ਮੋਟੀ ਅਤੇ ਭਾਵੇਂ ਪਤਲੀ, ਮੈਂ ਕੁਛ ਨਹੀਂ ਸੋਚਣਾ, ਮੈਂ ਹਾਂ ਹੀ ਕਰਨੀ। ਮਤਲਬ ਇਹਨਾਂ ਦੇ ਡੈਡੀ ਨੇ ਜਿਹੜੇ ਇਹ ਲਫਾਜ ਕਹੇ ਸੀ ਨਾ, ਮੇਰੇ ਸੀਨੇ ਵਿੱਚ ਜਿੰਨਾ ਤੀਰ ਵੱਜਦਾ ਨਾ, ਇੱਦਾਂ ਵੱਜੇ ਵੀ ਇੰਨਾ ਇਨਸਾਨ ਭਲਾ ਮਾਨਸ ਜਿਹੜਾ ਪਹਿਲੀ ਵਾਰੀ ਮਿਲਿਆ ਅਤੇ ਕਹਿੰਦਾ ਭਾਈਆ ਜੀ ਗਲਤੀ ਹੋ ਗਈ, ਉਹ ਮੈਨੂੰ ਮਤਲਬ ਦਿਲ ਨੂੰ ਛੂਹ ਗਿਆ ਇੰਨੀ ਗੱਲ। ਫਿਰ ਮੈਂ ਨਾ ਇਹਨਾਂ ਨੇ ਮੈਨੂੰ ਸੱਦਿਆ ਬਟਾਲੇ ਗ੍ਰੰਥੀਆਂ ਹੋਸਪਿਟਲ, ਉੱਥੇ ਮਾੜੀ ਉੱਧਰ ਉੱਧਰ ਹੀ ਝਾਤੀ ਮਾਰੀ, ਅਤੇ ਮੈਂ ਕਿਹਾ ਚਲੋ ਠੀਕ ਹੈ, ਸਤਿ ਬਚਨ ਜੀ, ਇਹ ਹੱਸਦੇ ਹੱਸਦੇ ਆਪਣੇ ਘਰ ਨੂੰ ਚੱਲ ਗਏ ਸਰਮਾਉਂਦੇ ਹੋਏ, ਅਤੇ ਬਸ ਜੀ ਸ਼ੁਰੂਆਤ ਹੋ ਗਈ ਬਸ। ਫਿਰ ਅਸੀਂ ਫਲਾਈ ਸਾਹਿਬ ਮੱਥਾ ਟੇਕਣ ਗਿਆ, ਦੂਰੋਂ ਦੂਰੋਂ ਮੈਂ ਵੀ ਵੇਖਣਾ, ਇਹਨਾਂ ਵੇਖਣਾ, ਹੱਸ ਕੇ ਸ਼ਰਮਿੰਦੇ ਹੋ ਗਏ, ਸ਼ਰਮਿੰਦੇ ਹੋਏ ਇੱਕ ਦੂਜੇ ਨੇ ਇੱਧਰ ਉੱਧਰ ਮੂੰਹ ਪਰਣ ਕਰਕੇ, ਅਤੇ ਦਿਲ ਵੀ ਕਰਨਾ ਵੀ ਗੱਲ ਕਰੀ, ਗੱਲ ਕਿੱਥੋਂ ਕਰਨੀ, ਉਦੋਂ ਤਾਂ ਇੰਨਾ ਹੀ ਬੜਾ ਹੁੰਦਾ ਜੀ, ਉਹ ਲੂਈ ਕੰਢੇ ਖੜ੍ਹੇ ਹੋ ਜਾਣੇ, ਅਤੇ ਐਂ ਕੋਈ ਗੱਲ ਨਹੀਂ ਕਰਨ ਵਾਲੀ, ਪਸੀਨਾ ਵੀ ਕਈ ਵਾਰੀ ਆ ਜਾਣਾ, ਦਿਲ ਤੱਕ 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 ਵੱਜਣਾ ਵੀ ਹੈ ਮਿਲ ਪਏ ਆ ਸਾਹਮਣੇ ਇੱਦਾਂ, ਅਤੇ ਮੇਰੇ ਮਨ ਦੀ ਆਪਣੀ ਇਹਨਾਂ ਦੇ ਕੀ ਫੀਲਿੰਗ ਸੀ ਇਹਨਾਂ ਨੂੰ ਪਤਾ, ਲੇਕਿਨ ਬੜਾ ਮਨ 'ਚ ਖੁਸ਼ੀ ਵੀ ਹੋਣੀ ਵੀ ਉਹ ਮੇਰੀ ਘਰ ਦੀ, ਮੁੰਡੇ 2-3 ਹੋਣੇ 'ਤੇ ਆਖਣਾ ਉਹ ਮੇਰੀ ਘਰ ਦੀ, ਉਹ ਹਰਿਆ ਝੂਟ ਪਾਇਆ ਜੀ, ਉਹ ਫਲਾਣਾ ਪਾਇਆ ਜੀ, ਇੱਦਾਂ ਕਹਿਣਾ। ਹਾਂਜੀ, ਅਤੇ ਤੁਸੀਂ ਕਿੱਦਾਂ ਮਤਲਬ ਜਦੋਂ ਅੰਕਲ ਹੁਣਾਂ ਨੇ ਤਾਂ ਦੱਸਤਾ, ਉਹ ਚੋਰੀ ਚੋਰੀ ਦੇਖਦੇ ਸੀ ਹੈ ਨਾ, ਧੜਕਣ ਵੀ ਵੱਧ ਜਾਂਦੀ ਸੀ, ਅਤੇ ਤੁਹਾਡੀ ਕਿੱਦਾਂ ਦੀ ਫੀਲਿੰਗ ਸੀ? ਮੈਂ ਤਾਂ ਜਿੱਦਣ ਇਹ ਮੈਨੂੰ ਪਹਿਲੀ ਵਾਰ ਵੇਖਣ ਆਏ ਹੋਸਪਿਟਲ ਦੇ ਵਿੱਚ, ਅਤੇ ਹਾਂਜੀ ਉਹ ਲਾਗੇ ਸਰਕਾਰੀ ਹੋਸਪਿਟਲ ਸੀ ਨਾ, ਉੱਥੇ ਬੈਠੇ ਸੀ ਨਾ ਦੋਵੇਂ ਦੇਰ ਭਾਬੀ, ਅਤੇ ਮੈਨੂੰ ਉਹ ਜਿਹੜੀ ਵਿਚੋਲਣ ਸੀ ਕਹਿੰਦੀ, ਮੈਂ ਆਪਣੀ ਵਕੀਲਾਂ ਦਾ ਮਾਂ ਦੇ ਨਾਲ ਰੋਟੀਆਂ ਪਕਵਾਉਣ ਡਈ ਸੀ ਤੰਦੂਰ ਦੀਆਂ, ਜਾ ਸਿੱਖਣ ਡਈ ਪੌਣਾ ਜਿਹਾ ਲੜ ਕੇ ਨਾ, ਅਤੇ ਫਿਰ ਮੈਨੂੰ ਇੱਦਾਂ ਹੀ ਮੈਂ ਤੁਰ ਪਈ ਜਿੱਦਾਂ ਦੇ ਪਿੱਛੇ, ਤੁਹਾਨੂੰ ਪਤਾ ਨਹੀਂ ਇੰਨਾ ਟੋਰ ਟੱਪੇ ਕੱਢਦੇ ਸੀ, ਜਿੱਦਾਂ ਬਣੀ ਮੈਂ ਉੱਦਾਂ ਤੁਰਪਾਂ ਲੱਗੀ। ਵਿਚੋਲਣ ਮੇਰੀ ਕਹਿੰਦੀ, ਫਿਰ ਉਹ ਕਿਨਾਲੇ ਦਾ ਫਿਰ ਵੀ ਮੁੰਡੇ ਦੀ ਮਾਂ ਵਾ, ਅਤੇ ਤੂੰ ਕਿਨਾਲੇ ਦਾ ਮਾੜਾ ਜਿਹਾ ਸੂਟ ਤਾਂ ਪਾ ਲਾ, ਅਤੇ ਫਿਰ ਮੈਂ ਚਲੋ ਕੋਈ ਗੱਲ ਨਹੀਂ ਚਲੋ ਕੱਪੜੇ ਪਾ ਲਏ ਨਹੀਂ, ਜਦੋਂ ਮੈਂ ਵੇਖਿਆ ਮੈਂ ਕਿਹਾ ਇਹਦੇ ਮੁੰਡੇ ਦੀ ਮਾਂ ਕਿੱਥੇ ਆ, ਇਹਦਾ ਮੁੰਡਾ ਹੀ ਆ, ਮੁੰਡਾ ਪਸੰਦ ਆ ਗਿਆ ਆਈ ਗਿਆ। ਅੱਛਾ ਅੰਕਲ ਜੀ, ਜੋ ਉਦੋਂ ਲੁੱਕ ਲੁੱਕ ਕੇ ਦੇਖਿਆ ਹੈ ਨਾ, ਦੀਪ ਵੀਰੇ ਨੇ ਵੀਡੀਓਜ਼ ਵਿੱਚ ਵੀ ਉਹ ਚੀਜ਼ਾਂ ਰਿਪੀਟ ਕਰਵਾਤੀਆਂ, ਹੈ ਲੁੱਕ ਲੁੱਕ ਕੇ ਦੇਖਣਾ, ਸਾਰੀਆਂ ਚੀਜ਼ਾਂ ਸ਼ਰਮਾਉਣਾ, ਅਤੇ ਉਹ ਤੁਸੀਂ ਦੁਬਾਰਾ ਉਹ ਚੀਜ਼ਾਂ ਜੀਆਂ,
ਤੇ ਕਿਵੇਂ ਦਾ ਲੱਗਦਾ ਸੀਗਾ ਵੀਡੀਓਜ਼ ਬਣਾਉਣ ਲੱਗੇ? ਤੁਸੀਂ ਕਦੀ ਨਾ ਕੀਤਾ ਸੀਗਾ ਕਿ ਨਾ ਯਾਰ ਕੀ ਕੰਮ ਕਰਵਾਈ ਜਾਂਦਾ? ਨਾ ਤਾਂ ਮੈਂ ਕਰਦਾ ਰਿਹਾ, ਪਰ ਤੁਹਾਨੂੰ ਮੈਂ ਦੱਸਿਆ ਜਦੋਂ ਬਾਹਰ ਜਾਣਾ ਕਈ ਵਾਰੀ ਖੁਸ਼ੀ ਮਿਲਣੀ, ਬੱਚਿਆਂ ਨੇ ਸਤਿ ਸ਼੍ਰੀ ਅਕਾਲ ਬਣਾਉਣੀ, ਮੱਥਾ ਟੇਕਣਾ, ਕਿਸੇ ਨੇ ਅੰਕਲ ਜੀ ਸਤਿ ਸ਼੍ਰੀ ਅਕਾਲ, ਕਿਸੇ ਨੇ ਵੀਰ ਨੇ, ਕਈਆਂ ਧੀਆਂ ਭੈਣਾਂ ਨੇ, ਬੱਚਿਆਂ ਨੇ ਫੋਟੋਆਂ ਖਿਚਾਉਣੀਆਂ, ਉਦੋਂ ਮਨ ਨੂੰ ਖੁਸ਼ੀ ਵੀ ਹੋਈ ਪਰ ਸ਼ਰਮਿੰਦਗੀ ਵੀ ਹੁੰਦੀ ਸੀ ਵੀ ਲੋਕ ਬੁੱਢੇ ਆ ਰਹੇ ਕੀ ਕਹਿਣਗੇ ਮਨ ਵਿੱਚ ਆਖਣਾ। ਪਰ ਚਲੋ ਜੇ 100 ਜਾਂ 1000 ਸਲਾਉਂਦਾ ਸੀ ਕੋਈ, ਇੱਕ ਦੋ ਚਾਰ ਮਤਲਬ ਆਉਂਦੇ ਸੀ ਵੀ ਬੁੱਢੇ ਬਾਰੇ ਸਰਮ ਲਾਈ ਆ, ਜੇ ਕੀਤਾ ਵੋ ਕੀਤਾ, ਪਰ ਫਿਰ ਮਨ ਨੂੰ ਚੰਗਾ ਲੱਗਾ ਵੀ ਸਾਡਾ ਬੇਟਾ ਜਿਹੜਾ ਵਾ ਇਸ ਲੈਣ ਵਿੱਚ ਪਿਆ ਵਾ, ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਅਤੇ ਸਾਥ ਦਿੱਤਾ। ਅਤੇ ਪਰ ਜਦੋਂ ਇਹ ਬਣਾਉਂਦਾ ਸੀ ਵੀਡੀਓ ਤਾਂ ਸ਼ਰਮ ਵੀ ਆਉਂਦੀ ਸੀ ਵੀ ਕਿੱਦਾਂ ਇਹ ਸਾਨੂੰ ਕਹਿਣ ਡਿਆ, ਇੱਦਾਂ ਵੇਖ, ਉੱਦਾਂ ਵੇਖ, ਟੇਢਾ ਉਹ ਵੇਖ, ਥੋੜ੍ਹਾ ਮੁਸਕਰਾ ਹਾਂ, ਇਹ ਘੁੰਡ ਕੱਢ ਹਾਂ, ਤੂੰ ਮੈਂ ਥੋੜ੍ਹਾ ਜਿਹਾ ਪੱਲਾ ਇਹਨੂੰ ਕਰ ਹਾਂ, ਉਹ ਇੱਦਾਂ ਕਰ ਕੁਰ ਕੇ ਨਾ ਬੜਾ ਮਹਿਸੂਸ ਹੋਣਾ ਇਹਦੀ, ਨਹੀਂ ਵੀ ਕਦੀ ਇਹਨਾਂ ਹੁਣ ਇੱਥੇ ਹੱਥ ਰੱਖ, ਕਦੀ ਇੰਝ ਕਰ, ਬਰਾਬਰ ਮਨ 'ਚ ਆਉਣਾ। ਫਿਰ ਮੈਂ ਆਖਿਆ ਵੀ ਅਸੀਂ ਬੇਟਾ ਵਾ ਅਤੇ ਦੋਵੇਂ ਜੀ ਹਾਂ ਅਤੇ ਹੁਣ ਕਿਹੜੀ ਗੱਲ ਹੈ, ਅਸੀਂ ਕਿਹੜਾ ਵੀ ਕੋਈ ਗਲਤ ਕੰਮ ਕਰਦੇ ਜਾਂ ਕੋਈ ਗਲਤ ਵਿਚਾਰ ਆ। ਹਾਂ ਮਨ 'ਚ ਫੀਲਿੰਗ ਕਈ ਤਰ੍ਹਾਂ ਦੇ ਖਿਆਲ ਸੀ, ਪਰ ਹੌਲੀ ਹੌਲੀ ਹਟ ਗਏ। ਜਦੋਂ ਕਦੇ ਮੁੜ ਕੇ ਵੀਡੀਓ ਵੇਖੀ ਦੀ ਹੈ ਉੱਥੇ ਸਰਮਾਉਣਾ ਅਤੇ ਹੱਸਣਾ ਖੇਡਣਾ ਅਤੇ ਫਿਰ ਬੜਾ ਮਨ ਨੂੰ ਚਾਹ ਵੀ ਚੜ੍ਹਨਾ, ਹਾਂਜੀ, ਅਤੇ ਪਹਿਲੀ ਯਾਦ ਵੀ ਆਉਣੀ ਕਈ ਵਾਰੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ, ਜਿਸ ਤਰ੍ਹਾਂ ਕਈ ਜਣੇ ਨੇ, ਮੈਂ ਕਮੈਂਟਾਂ ਦੀ ਗੱਲ ਕਰਨ, ਜਿਸ ਤਰ੍ਹਾਂ ਕਈ ਜਣੇ ਕਹਿ ਦਿੰਦੇ ਨੇ ਵੀ ਇਹ ਬੁੱਢੇ ਬਾਰੇ ਹੈ ਨਾ, ਇਹ ਕਿਹੜੇ ਕੰਮ ਕਰਨ ਡੇ। ਇੱਕ ਦੀਦੀ ਜੀ ਮੈਂ ਗੱਲ ਨੋਰਮਲੀ ਲੱਗਾ ਆ ਕਰਨ, ਮੰਨ ਲਓ ਵੀ ਹੁਣ ਵੀ ਮੰਮੀ ਡੈਡੀ ਹੋਣੀ, ਕੋਈ ਵੀ ਦੁਨੀਆਂ 'ਤੇ ਕੋਈ ਵੀ ਬਜ਼ੁਰਗਾਂ ਲੈ ਲਓ, ਜਿੱਦਾਂ ਮੇਰੇ ਮੰਮੀ ਡੈਡੀ ਹੈ, ਕੋਈ ਵੀ ਨਹੀਂ ਵੀਡੀਓ ਬਣਾਉਂਦਾ ਤਾਂ ਮੈਨੂੰ ਇਹ ਗੱਲ ਦੱਸਣ, ਦੁਨੀਆਂ ਦੱਸੇ ਪੰਜਾਬੀ ਇੰਡਸਟਰੀ ਦੇ ਵਿੱਚ ਕਿੱਥੋਂ ਲੈ ਕੇ ਆਉਣਗੇ ਬਜ਼ੁਰਗ ਬੰਦੇ ਦੀ ਲੋੜ ਪੈ ਜਾਂਦੀ, ਕਿੱਥੋਂ ਪੈਦਾ ਕਰਨਗੇ ਯਕਦਮ, ਕਿੱਥੋਂ ਆਊਗਾ ਉਹ ਬੰਦਾ ਜਿਹਨੂੰ ਐਕਟਿੰਗ ਨਾ ਕਰਨੀ ਆਊਗੀ, ਉਹਨੇ ਕਹਿ ਦੇਣਾ ਮੈਂ ਨਹੀਂ ਜਾਣਾ ਜੀ, ਮੈਨੂੰ ਐਕਟਿੰਗ ਨਹੀਂ ਆਉਂਦੀ ਹੈ ਨਾ। ਅਤੇ ਜਿੱਥੇ ਮੰਨ ਲਓ ਲੋੜ ਆ ਉੱਥੇ ਬਜ਼ੁਰਗ ਦੀ ਹੀ ਲੋੜ ਆ ਵੀ, ਉੱਥੇ ਯੰਗ ਬੰਦਾ ਤਾਂ ਆਪਾਂ ਵਾੜ ਨਹੀਂ ਦੇਣਾ ਮੂਵੀ ਦੇ ਵਿੱਚ। ਅਤੇ ਮੈਂ ਇਸ ਕਰਕੇ ਕਹਿੰਦਾ ਹਾਂ ਕਮੈਂਟ ਜਿਹੜੇ ਨਾ ਕਰਿਆ ਕਰੋ, ਫਿਰ ਮੂਵੀ ਵੀ ਤੁਸੀਂ ਕਹਿ ਦਿੰਦੇ ਹਾਂ ਬੜੀ ਸੋਹਣੀ ਬਣੀ, ਦਿਲਜੀਤ ਦੋਸਾਂਝ ਦੀ ਬੜੀ ਸੋਹਣੀ, ਇਹਦੀ ਬੜੀ ਸੋਹਣੀ, ਉਹਦੇ ਵਿੱਚ ਬਜ਼ੁਰਗ ਵੀ ਤਾਂ ਹੈ ਹੀ ਨੇ ਨਾ। ਅਤੇ ਇਸ ਕਰਕੇ ਕਮੈਂਟ ਜਿਹੜੇ ਨਹੀਂ ਸੋਚ ਸਮਝ ਕੇ ਕਰਿਆ ਕਰੋ ਵੀ ਅਸੀਂ ਕਿਹੜਾ ਵੀ ਹਾਂ ਵੀ ਕੁਝ ਗਲਤ ਪਾ ਰਹੇ ਹਾਂ, ਠੀਕ ਨਹੀਂ ਗੱਲ। ਹੁਣ ਜਿਵੇਂ ਕਿ ਬਾਊਂਸਰਾਂ ਬਾਰੇ ਗੱਲ ਕੀਤੀ ਗਈ ਵੀ ਬਾਊਂਸਰ ਕਿਉਂ ਲਗਾਏ ਗਏ ਆ, ਕੀ ਲੋੜ ਵੀ ਤੂੰ ਕਿੰਨਾ ਕੁ ਸਟਾਰ ਆ, ਮੈਂ ਕਹਿੰਦਾ ਮੈਂ ਸਟਾਰ ਆ, ਮੈਂ ਨਹੀਂ ਸਟਾਰ ਹੈਗਾ, ਮੈਂ ਤੁਹਾਡੇ ਸਿਰ 'ਤੇ ਹੀ ਹਾਂ ਜਿਹੜੇ ਮੈਨੂੰ ਦੋ ਚਾਰ ਜਣੇ ਪਿਆਰ ਕਰਦੇ ਹੈ ਨਾ, ਵੀ ਹੁਣ ਮੇਰੇ ਬਾਊਂਸਰ ਕਿੱਥੇ ਗਏ, ਠੀਕ ਨਹੀਂ ਗੱਲ। ਜਿੱਦਾਂ ਕਈ ਕਹਿ ਦਿੰਦੇ ਹੁਣ ਤੂੰ ਵਿਹਲਾ ਆ, ਹੁਣ ਕਿੱਥੇ ਗਏ ਤੇਰੇ ਬਾਊਂਸਰ, ਮੈਂ ਬਾਊਂਸਰ ਇਸ ਕਰਕੇ ਲਗਾਏ ਗਏ ਖਾਸ ਕਰਕੇ ਮੈਨੂੰ 20 ਤਰੀਕ ਨੂੰ ਅਤੇ 21 ਤਰੀਕ ਨੂੰ ਧਮਕੀ ਜਿਹੜੀ ਨਹੀਂ ਦਿੱਤੀਆਂ ਗਈਆਂ, ਬਹੁਤ ਜ਼ਿਆਦੀਆਂ ਵਿਆਹ ਤੋਂ ਪਹਿਲਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਤੇਰੀ ਆਪਾਂ ਦਸਤਾਰ ਲਾ ਦਾਂਗੇ ਹੈ ਨਾ, ਤੈਨੂੰ ਆਪਾਂ ਕੁੱਟਾਂਗੇ, ਤੈਨੇ ਗੋਲੀ ਮਾਰ ਦਾਂਗੇ, ਠੀਕ ਆ। ਆਹ ਚੀਜ਼ਾਂ ਇਹ ਮੈਂ ਨਹੀਂ ਕਹਿ ਰਿਹਾ, ਬਹੁਤੀ ਗੱਲ ਮੰਮੀ ਜੀ ਨੂੰ ਪੁੱਛ ਲਿਓ ਭਾਵੇਂ ਤੁਸੀਂ, ਮੰਮੀ ਜੀ ਦੇ ਫੋਨ ਉੱਤੇ ਵੀ ਇੱਕ ਦਿਨ ਦੇ ਵਿੱਚ 5-5, 10-10 ਵਾਰੀ ਧਮਕੀਆਂ ਆਉਂਦੀਆਂ ਨੇ, ਮੈਨੂੰ ਵੀ ਆਉਂਦੀਆਂ ਰਹੀਆਂ ਬੜੀਆਂ ਧਮਕੀਆਂ, ਤੈਨੂੰ ਮਾਰ ਦੇਣਾ ਆਪਾਂ, ਤੇਰੀ ਦਸਤਾਰ ਲਾ ਦੇਣੀ ਹੈ ਨਾ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਦਸਤਾਰ ਹੈ, ਠੀਕ ਨਹੀਂ ਗੱਲ। ਵੀ ਮੈਂ ਪ੍ਰਾਊਡ ਫੀਲ ਕਰਦਾ ਹਾਂ ਵੀ ਹਾਂ ਵੀ ਮੈਂ ਇੱਕ ਸਰਦਾਰ ਫੈਮਿਲੀ ਦੇ ਹੈ ਨਾ ਵਿੱਚ ਮੈਂ ਬਿਲੋਂਗ ਕਰਦਾ ਹਾਂ, ਅਤੇ ਮੈਂ ਇਸ ਕਰਕੇ ਕਹਿੰਦਾ ਹਾਂ ਵੀ ਹਾਂ ਵੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਜੋ ਮਰਜ਼ੀ ਹੋ ਜਾਵੇ, ਅਤੇ ਇਸ ਕਰਕੇ ਮੈਂ ਬਾਊਂਸਰ ਲਗਾਏ ਵੀ ਹਾਂ ਮੇਰੀ ਦਸਤਾਰ ਨੂੰ ਕੋਈ ਹੱਥ ਮਾਰ ਕੇ ਲਾਹ ਨਾ ਦੇਵੇ ਕਿਤੇ ਹੈ ਨਾ, ਕੋਈ ਗੱਲ ਨਾ ਹੋ ਜਾਵੇ। ਅਤੇ ਇੱਕ ਤੁਸੀਂ ਆਪ ਸਿਆਣੇ ਜੇ ਮੁੜ ਕੇ ਸਾਰੇ ਜਾਣੇ ਦੇ ਕੈਮਰੇ ਫੋਨ ਖੁੱਲ੍ਹੇ ਹੁੰਦੇ ਨੇ, ਵੀਡੀਓ ਵਾਇਰਲ ਹੁੰਦੀਆਂ, ਇੱਕ ਮਿੰਟ ਨਹੀਂ ਲੱਗਣਾ ਤਾਂ ਕਸੂਰ ਸਾਰਾ ਦੁਨੀਆਂ ਨੇ ਮੇਰਾ ਕੱਢ ਦੇਣਾ ਵੀ ਬਾਕੀ ਤੇਰੇ ਪਰਿਵਾਰ ਕਿੱਥੇ ਗਏ, ਉਹ ਨਹੀਂ ਧਿਆਨ ਰੱਖ ਸਕੇ ਜਾਂ ਕਿੱਦਾਂ। ਇਸ ਕਰਕੇ ਮੈਂ ਬਾਊਂਸਰ ਇਸ ਕਰਕੇ ਲਗਾਏ ਸੀ ਵੀ ਮੇਰੀ ਜਿਹੜੀ ਦਸਤਾਰ ਹੈ ਨਾ ਉਹ ਨਾ ਲੱਥ ਜਾਵੇ ਜਾਂ ਕੋਈ ਲਾਹ ਨਾ ਦੇਵੇ ਵੀ, ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਦਸਤਾਰ ਹੈ, ਅਤੇ ਇਸ ਕਰਕੇ ਕੰਮ ਤੁਸੀਂ ਬੜੇ ਜਾਣੇ ਪੁੱਛਦੇ, ਅੱਜ ਮੈਂ ਇਸ ਗੱਲ ਦਾ ਜਿਹੜਾ ਨਹੀਂ ਜਵਾਬ ਦੇ ਦਿੱਤਾ ਜੀ। ਅਸੀਂ ਤੁਸੀਂ ਗੱਲ ਕੀਤੀ ਸੀਗੀ ਕਿ ਅੰਕਲ ਆਂਟੀ ਹੁਣਾਂ ਦੇ ਉੱਤੇ ਕਮੈਂਟਸ ਕਰਦੇ ਆ ਹੈ ਨਾ, ਅਤੇ ਮੇਰਾ ਇਹ ਮੰਨਣਾ ਹੈ ਕਿ ਜਿਹਦੇ ਵਿੱਚ ਕਲਾ ਆ ਉਹ ਕਲਾ ਜਿਹੜੀ ਹੁੰਦੀ ਉਹ ਤੁਹਾਡੀ ਉਮਰ ਨਹੀਂ ਦੇਖਦੀ, ਅਤੇ ਦੂਜੀ ਗੱਲ ਕਿ ਜਿਹੜਾ ਹੀਰੇ ਦੀ ਪਰਖ ਜਿਹੜੀ ਹੁੰਦੀ ਉਹ ਜੋਰੀ ਨਹੀਂ ਹੁੰਦੀ ਆ ਹੈ ਨਾ, ਅਤੇ ਜੋਰੀ ਤੁਸੀਂ ਸੀਗੇ, ਹੀਰੇ ਸੀਗੇ, ਅਤੇ ਕਿੱਦਾਂ ਪਰਖ ਹੋਈ, ਕਿੱਦਾਂ ਪਤਾ ਲੱਗਾ ਕਿ ਮੰਮੀ ਡੈਡੀ ਐਕਟਿੰਗ ਕਰ ਸਕਦੇ ਆ? ਪਹਿਲਾਂ ਤਾਂ ਨਾ ਜਦੋਂ ਦੀਦੀ ਜੀ ਹੁਣੀ ਦੀ ਮੈਰਿਜ ਹੋ ਗਈ ਨਾ ਅਤੇ ਸਾਰਾ ਕੁਝ ਖਤਮ ਹੋ ਗਿਆ, ਇੱਕ ਸਿੱਧਾ ਮੈਂ ਸੱਚਾਈ ਲਗਾਇਆ ਦੱਸਣ ਇਹ ਗੱਲ ਦੀ, ਠੀਕ ਆ। ਮੈਂ ਕਹਿਣ ਲੱਗਾ ਯਾਰ ਮੇਰੇ ਕੋਲ ਕੋਈ ਕੰਟੈਂਟ ਹੈਨੀ ਆ, ਹੁਣ ਮੈਂ ਕੀ ਕਰਾਂ ਵੀ, ਮੈਂ ਕਿੱਦਾਂ ਕਰਾਂ ਹੈ ਨਾ, ਨਾ ਮੇਰੀ ਕੋਈ ਵੀਡੀਓ ਚੱਲਦੀ ਆ। ਫਿਰ ਮੈਂ ਕਿਹਾ ਚਲੋ ਇੱਕ ਨਾ ਵੀਡੀਓ ਬਣਾ ਕੇ ਦੇਖਦੇ ਮੰਮੀ ਡੈਡੀ ਹੁਣਾਂ ਦੇ ਨਾਲ ਵੀ, ਅਤੇ ਡੈਡੀ ਹੁਣੀ ਚਲੋ ਨਹੀਂ ਮੰਨਦੇ ਕਿਸੇ ਤਰੀਕੇ ਨਾਲ, ਇੱਕ ਦੋ ਵੀਡੀਓ ਬਣਾਈਆਂ, ਸਿੰਪਲ ਬਣਾਈਆਂ, ਪਹਿਲਾਂ ਮੈਂ ਨੋਰਮਲੀ ਬਣਾਤੀਆਂ। ਉਸ ਤੋਂ ਬਾਅਦ ਵਿੱਚ ਨਾ ਜਿੱਦਾਂ ਮੂਵੀ ਸ਼ੂਟ ਹੁੰਦੀ ਆ, ਅਲੱਗ ਅਲੱਗ ਤਰ੍ਹਾਂ ਦਾ ਐਂਗਲਾਂ ਤੋਂ ਹੈ ਨਾ ਮੂਵੀ ਸ਼ੂਟ ਹੁੰਦੀ ਆ, ਫਿਰ ਮੈਂ ਕਿਹਾ ਆਪਾਂ ਇੱਦਾਂ ਕਰਦੇ ਹਾਂ ਯਾਰ, ਮੈਨੂੰ ਕੈਮਰੇ ਬਾਰੇ ਬੜੀ ਨੌਲੇਜ ਆ ਵੀ, ਅਤੇ ਮੈਂ ਕਿਹਾ ਆਪਾਂ ਐਂਗਲ ਤੋਂ ਵੀਡੀਓ ਲੈਂਦੇ ਹਾਂ, ਅਸੀਂ ਇੱਦਾਂ ਬਣਾਉਂਦੇ ਹਾਂ, ਇੱਦਾਂ ਕੰਟੈਂਟ ਕਰਦੇ, ਮਤਲਬ ਉਹ ਤਰੀਕਾ ਸਗੋਂ ਸੌਖਾ ਹੋ ਜਾਂਦਾ ਹੁੰਦਾ ਸੀਗਾ। ਮੈਂ ਡੈਡੀ ਹੁਣਾਂ ਸਿਖਾ ਦੇਣਾ ਵੀ ਇੱਧਰੋਂ ਬਸ ਸਮਾਈਲ, ਇੱਦਾਂ ਸਮਾਈਲ ਹੀ ਕਰਨੀ ਬਸ, ਉਹ ਚੀਜ਼ ਸੌਖੀ ਹੋਣੀ, ਕਿੱਥੇ ਲਿਪਸਿੰਗ ਕਰਨੀ ਔਖੀ, ਕਿੱਥੇ ਸਮਾਈਲ ਕਰਨੀ
अच्छा थोड़े को पूछना चाहूँगे कि थोनों अंकल आंटी की वीडियोज़ देख के किदा लगता सी? मैनू बहुत वधिया, मैं फैन सी इन्हां दी। तुसीं सोचा सीगा कि इस परिवार च जाऊँगी नौ बन के? ना ना, ये नहीं सी सोचिया। चलो संजोगा की गल है, जिथे संजोग लिखे उत्थे। अच्छा दिव्य रे, एक गल मैं पूछना चाहनी कि आप इन्हों तो पूछ लिया भी आ परिवार थोनू कि लगा, तो बड़ी वधिया लगता एक कुड़ी नू जदों उहदे पेके परिवार की भी गल की जाती है, है ना, तो तुहाडे सहुरे किदां दे ने? फिलहाल तो जो मैं डैडी जी की गल करना चाहना, डैडी जी उधरों ना बहुत ज़्यादा फनी है लैपी, उन्होंने नेचर बहुत वधिया, मैं हासा मजाक उन्होंने करना बहुत ज़्यादा, उन्होंने भी मेरे नाल करना, तो वह ना मेरे तो चोरी ना सगो दसणगे सारे जन, वो दीप का नेचर बड़ा वधिया, दीप का सुभाव बड़ा वधिया, तो इस करके ना जिन्हें भी मेरे भरा ने ना जिदा बैड कमेंट करते हैं, मैं ना इस गल की गरंटी दे दिना, चलो मैं ये नहीं कहता मैं बड़ा चंगा है, कभी जिंदगी कभी मिलोगे ना तो तुम अपनी जबानी कह दोगे भी हाँ भी आप दीप मठारू मिले ही तो बंदा बड़ा घेंट से, मैं नहीं कहता मैं घेंट है, कभी जिंदगी मिले हो भी तो फिर गल करो, शक्लों तो सारे कह देंगे नहीं यार वो बड़ा गुस्से नाल देखण डे, यार उस इंसान को मिल के तो देखो इंसान किदां दा है, तो फिर ही तुहानू पता लगेगा, तो मेरा उधरों परिवार जिहड़ा नहीं है, मम्मी का सुभाव जिहड़ा नहीं उधरों, मम्मी जी का सुभाव जितों तक मैं अंदाजा लाना, मम्मी का सुभाव जिहड़ा बहुत ठंडा जिहा सुभाव है, मम्मी बड़े हौसले जिहदे नाल बोलदे आ, पुत की हाल आ तेरा, ठीक है इदा मम्मी ने बोलना, मम्मी का नेचर बहुत वधिया है, बहुत ही ज़्यादा वधिया। दसिया भी तुहाडे जिहड़े हैगे सोहरा जी वो बड़े फनी आ, फिर तो अंकल हुणे भी बहुत फनी आ, बड़ी लहर लगती होनी जदों कट्ठे हुंदे आ। मैं कहना बहुत ही वधिया कि खास करके डैडी जी हुणां दे नाल ना जदों मेरी उधरों गल हुई तो डैडी जी हुणी ना कहणगे भी अज ना तेरे डैडी नाल ना गल निघी होई भी, तो पता नहीं की चक्कर आ भी जां किदां किदां नहीं है, तो फिर मैं उहनां दे नाल ना गल करवाउणी, तो उहनां ने बड़ा चा चढ़ना हुंदा सीगा। हाँ जी, तुसीं मैं चाहुंदी हां कि घर दे विच रौनकां आईआं जिद्दां खुशी खुशी ने इन्हां दी जिंदगी भी अगे इदे खुशी खुशी गुजरे, एक बुजुर्ग जोड़ा भी आ बहुत प्यार दिंदे हो, हुण इस नवें जोड़े नूं भी तुसीं उदे प्यार दोगे, बहुत बहुत शुक्रिया वीरे टाइम दिता, तो तुसीं जाना भी सीगा तो तुसीं साडे लई रुके, उहदे लई भी बहुत बहुत धन्नवाद। हाँ जी, तो मैं लास्ट में यही गल कहना चाहना भरावा, जिंदगी में मैं हाथ जोड़ना वा, गलतियां हर किसी के कोलों होंदियां, की गल है तुसीं कभी गलती ना की होगी भी, गलती हर किसी के कोलों हो जाती, पर ना जो गलती मैं की सी ना उहदे पिछे भी कोई कारण हैगा, मैं उस चीज़ नूं हाईलाइट नहीं किया, ठीक है भी सिर्फ एक नाम नूं लैके जो मैं किया सो किया, मैं कभी भी ना ये चीज़ नहीं की भी मैं आह चीज़ उहनां दी वायरल कर दां जां किदां, ना वह भी किसी की धी है, है ना, जे मेरी वह भी वीडियो देखती होवे चलो कोई गल नहीं, चंगी सी बेचारी जो भी वह भी किसी की धी सी, मैं ना ये कम नहीं करना, मैं भी अपनी भैन व्याई आ दीप ये कम नहीं करना, किसी की धी जी नहीं मैं भी अपने घर लैके आनी हाँ, उन्हें भी किसी के घर व्याई जाना है, इस करके मैं नहीं चाहता मैं किसी की है ना बदनामी करा भी, चंगी सी परमात्मा उन्होंने भी लंबी उम्र बख्शी, अपने घर भी चढ़ती कला चलवे तो तरक्या माने, बस मैं यही गल कहना, तो बाकी जी मैं फिर भी गलत बोल गया तो जे तुम अजे भी लगता दीप भीर गलत तो फिर भरावान कन्न फट के माफ़ी मांग लेना, मैं हर वारी इंटरव्यू के मैं माफ़ी मांगना, तो जे अजे भी तुम एक दो जने माफ ना करो फिर तो भरावान कुछ नहीं कह सकता, फिर तुम रब ਨਾਲੋਂ ਤਗੜੇ ਜੀ ਜਿਹੜੀ ਸਿੱਧੀ ਗੱਲ ਆ, ਜਿਹੜੇ ਤੁਸੀਂ ਮਾਫ਼ ਨਹੀਂ ਕਰਦੇ ਰੱਬ ਤਾਂ ਪਹਿਲੀ ਗਲਤੀ ਮਾਫ਼ ਕਰਨਾ, ਤੁਸੀਂ ਰੱਬ ਤੋਂ ਤਾਂ ਦੇ ਫਿਰ, ਮੈਂ ਤਾਂ ਇਹੀ ਗੱਲ ਕਹਿ ਸਕਦਾ, ਬਾਕੀ ਸਤਿ ਸ਼੍ਰੀ ਅਕਾਲ ਜੇ ਮੈਂ ਕੁਛ ਗਲਤ ਬੋਲ ਗਿਆ। ਜੇ ਤੁਹਾਨੂੰ ਕੁਝ ਲੋਕ ਹੇਟਰਸ ਤਾਂ ਹੁੰਦੇ ਹੀ ਆ, ਹੈ ਨਾ, ਅਤੇ ਪਿਆਰ ਕਰਨ ਵਾਲੇ ਵੀ ਬਹੁਤ ਆ, ਅਤੇ ਬਹੁਤ ਲੋਕ ਤੁਹਾਨੂੰ ਵੀ ਪਿਆਰ ਕਰਦੇ ਨੇ ਅਤੇ ਅੰਕਲ ਆਂਟੀ ਹੁਣਾਂ ਨੂੰ ਵੀ ਪਿਆਰ ਕਰਦੇ ਨੇ, ਮੇਰੀ ਤਾਂ ਇਹੀ ਹੈ ਕਿ ਤੁਸੀਂ ਉਹਨਾਂ ਵੱਲ ਜਾਓ ਜੋ ਤੁਹਾਡੇ ਨਾਲ ਜੁੜੇ ਹੋਏ, ਜਿਹੜੇ ਤੁਹਾਨੂੰ ਦਿਲੋਂ ਪਿਆਰ ਕਰਦੇ ਆ, ਜੋ ਉੱਤੋਂ ਤੋਂ ਕਰਦੇ ਬੈਡ ਕਮੈਂਟਸ ਕਰਦੇ ਆ ਉਹਨਾਂ ਨੂੰ ਪਿੱਛੇ ਛੱਡ ਦਿਓ, ਤਾਂ ਉਹਦੀਆਂ ਖਿੱਚੀਆਂ ਜਾਂਦੀਆਂ ਜਿਹਨੇ ਤਾਂ ਜਾਣਾ। हाँ जी बिल्कुल बिल्कुल, जिस तरह कि मतलब कहता भी जदों इंसान का दौर आता ना दौर आता वो मतलब जिदा मेरे तो ला लो मेरा भी एक दौर से एक टाइम से गलती होगी मैं फिर थले आया परमात्मा चंगा माड़ा टाइम जिंदगी आता रहा एक मेरे वांगू भरावा हौसला ना हारे जो मैं गलती की वो तुम कोई ना करो भी तो बाकी लव यू जो वास्ते रहो तो बैड कमेंट प्रो मैं बार बार कहना ना करो सत श्रीकाल। सो जी मैं पूरी उम्मीद है कि जिन्ना इंजॉय मैं इत्थे कीता होगा बहुत गंभीर गल्लां भी हुई ने ते ओ होनियां जरूरी भी सीगियां ते जिन्ना इंजॉय मैं इत्थे कीता इस परिवार दे विच ते तुसी भी इंटरव्यू नूं उन्ना ही इंजॉय करोगे प्यार दोगे ते उम्मीद ये भी करदी हां कि जिवें कि तुसी अंकल आंटी हुणां नूं प्यार दिता उस इस नवीं जोड़ी नूं प्यार दोगे ते उदां ही दुआवां दोगे। देखदे रहो साडा चैनल, मैनूं दिओ इजाज़त, सत श्री अकाल।